ਅੱਜ ਦਾ ਵਿਚਾਰ ਸਤਿ ਸ਼੍ਰੀ ਅਕਾਲ ਜੀ ਤੁਸੀਂ ਪ੍ਰਾਈਮ ਮਿਰ ਸ਼ਾਹ ਟੀਵੀਜ਼ਨ ਦੇਖ ਰਹੇ ਹੋ ਮੈਂ ਹਾਂ ਸਵਰਨ ਸਿੰਘ ਟੈਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਦੋਸਤੋ ਅਸੀਂ ਪ੍ਰੋਗਰਾਮ ਅੱਜ ਦਾ ਵਿਚਾਰ ਲੈ ਕੇ ਹਾਜ਼ਰ ਹਾਂ ਮੇਰੇ ਨਾਲ ਨੇ ਹਰ ਰੋਜ਼ ਦੀ ਤਰ੍ਹਾਂ ਮੈਡਮ ਹਰਮਨ ਸਿੰਘ ਜੀ ਸਤਿ ਸ਼੍ਰੀ ਅਕਾਲ ਟੈਣਾ ਸਾਹਿਬ ਸਤਿ ਸ਼੍ਰੀ ਅਕਾਲ ਬੜਾ ਮੰਦ ਮੰਦ ਮੁਸਕਰਾ ਰਹੇ ਹੋ ਕਿਉਂ ਕੀ ਹੋਇਆ ਨਾਲੇ ਇਹ ਜੇ ਕੋਈ ਸਤਿ ਸ਼੍ਰੀਕਾਲ ਕਰੇ ਜੀ ਆਪ ਦਾ ਵੀ ਹੱਥ ਮਾੜਾ ਮੋਟਾ ਹਲਾ ਲਈਦਾ ਉਹਦਾ ਤਾਣੂ ਪਰ ਲੈਂਦਾ ਕਰੇ ਕੁਝ ਨਹੀਂ ਹੁੰਦਾ ਸਤਿ ਸ਼੍ਰੀ ਅਕਾਲ ਇਹ ਰੋ ਕਹਦੇ ਸਤਕਾਰ ਅਦਬ ਦਰਸ਼ਕਾਂ ਨੂੰ ਇਹ ਲੱਗੇ ਵੀ ਕੁੜੀ ਪੜੀ ਲਿਖੀ ਆ ਨਹੀਂ ਮੈਂ ਵੈਸੇ ਵੀ ਐ ਸੱਤਰੀਆ ਕਰਦੀ ਆ ਐ ਕਰਦੇ ਮੈਂ ਵੀ ਕਰਦਾ ਖਰਮ ਹੂੰ ਆਪਾਂ ਸੁੱਤਰਬਰਗ ਨਹੀਂ ਗਏ ਆਪਾਂ ਆਉਂਦਿਆਂ ਹੀ ਨਗੋਚਾ ਕੱਢਣੀਆਂ ਹੁੰਦੀਆਂ ਨੇ ਨਹੀਂ ਵੈਸੇ ਗੱਲ ਕੀਤੀ ਵੈਸੇ ਅੱਜ ਮਤਲਬ ਤੁਸੀਂ ਛੁੱਟੀ ਬਤਾ ਕੇ ਉਸ ਤੋਂ ਬਾਅਦ ਕਿਹਦਾ ਚਿਹਰਾ ਵੇਖ ਕੇ ਆਏ ਹੋ ਦਫਤਰ ਮੈਂ ਦੇਖੋ ਚਿਹਰੇ ਬਹੁਤ ਸਾਰੇ ਲੋਕਾਂ ਦੇ ਵੇਖਿਆ ਨਹੀਂ ਨਿੱਕਾ ਹਾਂ ਥਾਂ ਤੇ ਨਾਕੇ ਲੱਗੇ ਹੋਏ ਆ ਜੀ ਥਾਂ ਥਾਂ ਦੇ ਉੱਤੇ ਲੋਕ ਆ ਜਿਹੜੇ ਉਹ ਪੁਲਿਸ ਵਾਲਿਆਂ ਨੂੰ ਆਪਦਾ ਪਛਾਣ ਪੱਤਰ ਦੱਸ ਕੇ ਮੈਂ ਜਾਂਦੇ ਦੇਖੇ ਅੱਗੇ ਹੂੰ ਸੋ ਬਹੁਤ ਕੁਝ ਦੇਖਿਆ ਅੱਜ ਮੈਂ ਸਵੇਰ ਦਾ ਪਰ ਮਹੱਲਾ ਕਿਵੇਂ ਹੈ ਸੱਚ ਤੁਹਾਡਾ ਮਹੱਲਾ ਠੀਕ ਆ ਤੁਹਾਡੇ ਮਹੱਲੇ ਚ ਜਿਹੜੇ ਜਿਹੜੇ ਚੀਜ਼ਾਂ ਰਹਿੰਦੀਆਂ ਨੇ ਉਹ ਭਰਾਵਾ ਸਾਡੇ ਮੁਹੱਲੇ ਬਾਰੇ ਸਾਨੂੰ ਤੋਂ ਇਲਾਵਾ ਜਿਹੜੇ ਜਿਹੜੇ ਉੱਥੇ ਰਹਿੰਦੇ ਨੇ ਸਾਡੇ ਮੁਹੱਲੇ ਦੇ ਕੁੱਤਿਆਂ ਬਾਰੇ ਗੱਲ ਨਹੀਂ ਕਰਨੀ ਜੇ ਸਾਡੇ ਮੁਹੱਲੇ ਦੇ ਕੁੱਤਿਆਂ ਬਾਰੇ 1% ਦੀ ਵੀ ਗੱਲ ਕੀਤੀ ਮੇਨਕਾ ਗਾਂਧੀ ਦਾ ਫੋਨ ਆ ਜਾਣਾ ਨਹੀਂ ਨਹੀਂ ਪਰ ਉਹਦਾ ਕਿਵੇਂ ਨੇ ਉਹ ਠੀਕ ਆ ਅੱਜ ਕੱਲ ਵਹਿੰਦੇ ਨੇ ਤੁਹਾਡੀ ਅੰਦਰੋਂ ਮੋਰੇ ਵਹਿੰਦੇ ਆ ਕਿਵੇਂ ਵਹਿੰਦੇ ਨੇ ਅੱਧੀ ਰਾਤ ਨੂੰ ਜਦੋਂ ਸ਼ੁਰੂ ਹੁੰਦੇ ਆ ਨਾ ਉਹ ਬਿਮਾਰੀ ਪੈਣੇ ਇਹੋ ਜੀਆਂ ਹਰਕਤਾਂ ਕਰਦੇ ਆ ਤਾਂ ਨੂੰ ਮੂੰਹ ਚਾ ਕੇ ਉਂ ਕਰਕੇ ਪਤਾ ਨਹੀਂ ਤਾਉ ਕੀ ਦਿਸਦਾ ਇਹਨਾਂ ਨੂੰ ਉਸ ਰੋਤੇਆਂ ਵਾਲੀ ਗੱਲ ਤਾਂ ਸੁਣਾ ਦੋ ਕਹਿੰਦੀ ਸੁਣਾ ਦੋ ਰਾਤ ਨੂੰ ਕੁੱਤਾ ਤਾਰ ਨੂੰ ਕਰਕੇ ਤੇ ਬੋਲੀ ਜਾਵੇ ਜਿਵੇਂ ਪੂਰੀਆਂ ਆਪਦੀਆਂ ਰਗਣੀਆਂ ਕੱਢਦਾ ਹੈ ਨਾ ਨਾਲ ਉਹਦੇ ਦੋ ਤਿੰਨ ਕੁੱਤੇ ਹੋਰ ਬੈਠੇ ਮੈਂ ਬਾਹਰ ਉਹਨਾਂ ਨੂੰ ਨਿਕਲਿਆ ਦੜਾਉਣ ਵਾਸਤੇ ਮੈਂ ਕਿਹਾ ਵਿੱਚੇ ਤੈਨੂੰ ਤੇ ਵਿੱਚੇ ਤੇਰੇ ਸਰੋਤੇ ਪੰਨੂ ਬਹੁਤ ਜਿਵੇਂ ਬਹੁਤ ਮਹਾਨ ਗੱਲ ਉਹ ਐ ਬੈਠਿਆ ਕਿਆ ਬਾਤ ਹੈ ਦਰਨਾ ਸਭ ਕੁਵਾਲ ਕਰ ਦਿੱਤੀ ਅੱਛਾ ਮੌਸਮ ਕਿਵੇਂ ਹੈ ਮੌਸਮ ਠੀਕ ਹੈ ਭਾਈ ਹੁਣ ਤਾਂ ਮੌਸਮ ਪਾਗ ਨੇ ਕਿਹਾ ਵੀ ਗਰਮੀ ਵਧੀ ਜਾਣੀ ਹੈ ਉਹ ਕਹਿੰਦੇ ਵੀ ਦੋ ਤਿੰਨ ਦਿਨ ਨਾ ਹੁਣ ਜਿਹੜਾ ਮੌਸਮ ਆ ਇੱਕ ਕਰਵਟ ਦੇ ਵਿੱਚ ਰਹੂਗਾ ਰੰਗ ਬਦਲੂਗਾ ਆ ਪਿਛਲੇ ਦਿਨੀ ਮੀਂਹ ਪੈ ਹਟਿਆ ਕਈ ਵਾਰ ਤੇ ਉਹਦੇ ਕਰਕੇ ਭਾਈ ਵੀ ਬੜਾ ਜਿਹੜਾ ਚੰਗਾ ਮੌਸਮ ਹੋਵੇ ਤਾਂ ਲੋਕਾਂ ਨੇ ਪਕੌੜੇ ਪਕੂੜੇ ਬਹੁਤ ਖਾਦੇ ਕਈਆਂ ਨੂੰ ਵਾਰ-ਵਾਰ ਮੰਗਣ ਦੇ ਬਾਵਜੂਦ ਨਹੀਂ ਮਿਲੇ ਕਈਆਂ ਨੂੰ ਮਿਲ ਵੀ ਗਏ ਕਿਸੇ ਨੇ ਮਾਲ ਪੂੜੇ ਖਾ ਲੇ ਕਿਸੇ ਨੇ ਕਹਤਾ ਵੀ ਸਾਡੇ ਕੋਲੇ ਆ ਕੇ ਖਾ ਲੋ ਕਿਸੇ ਨੇ ਕਹਤਾ ਵੀ ਕਿਉਂ ਨਹੀਂ ਖਵਾਉਂਦੇ ਆਪਾਂ ਕਿਸੇ ਵੀ ਸਵਾਲ ਦਾ ਉੱਤਰ ਨਹੀਂ ਦਿੱਤਾ ਨਹੀਂ 1 ਮਿੰਟ 1 ਮਿੰਟ ਪਕੌੜੇ ਖਾ ਲੈ ਨਹੀਂ ਖਾਦੇ ਤੇ ਜਿਨ੍ਹਾਂ ਨੇ ਕਈਆਂ ਨੇ ਪਕੌੜੇ ਖਾਣ ਤੋਂ ਬਾਅਦ ਦਵਾਈਆਂ ਖਾਧੀਆਂ ਉਹਨਾਂ ਬਾਰੇ ਚ ਵੀ ਜ਼ਿਕਰ ਕਰੋ ਤੁਸੀਂ ਨਹੀਂ ਲਿਆ ਕੇ ਦਿੱਤੇ ਜੀ ਤਾਂ ਫਿਰ ਮੈਂ ਕਿਤੋਂ ਨਾ ਕਿਤੋਂ ਤਾਂ ਖਾਣੀ ਸੀ ਤੇ ਜਦੋਂ ਚੋਰੀ ਖਾਣੇ ਨਹੀਂ ਤੇ ਮੈਂ ਸਾਰੇ ਭਾਈ ਰੇੜੀ ਤੋਂ ਜੀ ਆਪਦੇ ਸਾਥੀ ਨੂੰ ਨਾਲ ਲਿਜਾ ਕੇ ਇੱਕ ਨੂੰ ਉਸ ਤੋਂ ਬਾਅਦ ਪਕੌੜੇ ਅੰਦਰ ਅੰਦਰ ਲਸਮਾਨ ਬਾਹਰ ਠੀਕ ਆ ਫਿਰ ਜੋ ਪੂਰੀ ਰਾਤ ਮੈਂ ਤੰਗ ਹੋਇਆ ਉਹਦੇ ਪਿੱਛੇ ਵੀ ਗੁਨਾਹਗਰ ਤੁਸੀਂ ਹੋ ਮੈਂ ਕਿਉਂ ਗੁਨਾਹਗਰ ਕਿਉਂਕਿ ਜ਼ਿਕਰ ਕਰਦੇ ਪਕੌੜੇ ਮਿਲਦੇ ਤੇ ਫਿਰ ਤਾਂ ਗੱਲ ਹੀ ਹੋਰ ਸੀ ਤੇ ਉਸ ਤੋਂ ਬਾਅਦ ਜਿਹੜੀ ਆਪ ਜੀ ਨੂੰ ਦਵਾਈਆਂ ਲੈ ਕੇ ਦਿੱਤੀਆਂ ਉਹਦਾ ਕੋਈ ਸ਼ੁਕਰਾਨਾ ਨਹੀਂ ਉਹਦੇ ਲਈ ਤੁਹਾਡਾ ਧੰਨਵਾਦ ਪਰ ਦੇਖੋ ਨਹੀਂ ਗਲਤ ਰੱਖੀ ਗਈ ਜੇ ਪਕੌੜੇ ਸਹੀ ਹੁੰਦੇ ਜੀ ਉਹ ਘਰ ਦੇ ਖਾਦੇ ਹੁੰਦੇ ਨਾ ਸਮੱਸਿਆ ਆਉਂਦੀ ਨਾ ਦਵਾਈ ਖਾਣੀ ਪੈਂਦੀ ਨਾ 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 ਟਹਿਣਾ ਸਾਹਿਬ ਨੀਤ ਵੀ ਕੋਈ ਚੀਜ਼ ਹੁੰਦੀ ਹੈ ਚੋਰੀ ਜਾ ਜਾ ਕੇ ਪਕੌੜੇ ਇਕੱਲੇ ਕਿਸੇ ਹੋਰ ਸਾਥੀ ਨਾਲ ਖਾਓਗੇ ਨੀਤਾਂ ਨੂੰ ਤਾਂ ਫਿਰ ਮਤਲਬ ਤੁਹਾਨੂੰ ਪਤਾ ਹੀ ਹੈ ਕਹਿੰਦੇ ਹੁੰਦੇ ਜੋ ਲੱਗ ਜਾਂਦਾ ਫਿਰ ਕੁਝ ਵੀ ਨਹੀਂ ਬਚਦਾ ਉਹਦਾ ਵਾਹ ਇਸ ਗੱਲ ਤੇ ਵੀ ਜਿਸ ਤਰੀਕੇ ਨਾਲ ਤੁਸੀਂ ਮਾਨ ਮਹਿਸੂਸ ਕੀਤਾ ਨਾ ਵੀ ਚੀਜ਼ ਦੇ ਵਿੱਚ ਨੀਤ ਪਾਉਣੀ ਆ ਬਸ ਸਲਾਮ ਹੀ ਆ ਤੁਹਾਨੂੰ ਇੱਕ ਹੀ ਤੋਪਾਂ ਦੀ ਸਲਾਮ ਜਿਹੜੀ ਤੁਹਾਨੂੰ ਚਾਇਦਾ ਵਿਚਾਰ ਸਾਂਝਾ ਕਰੋ ਚਾਚਾ ਦਾ ਵਿਚਾਰ ਇਹ ਆ ਭਾਈ ਵੀ ਕੁਝ ਕੁ ਲੋਕ ਤਾਂ ਚਪਲਾਂ ਵਰਗੇ ਹੁੰਦੇ ਆ ਹਾਂਜੀ ਕੁਝ ਲੋਕ ਚੱਪਲਾਂ ਵਰਗੇ ਹੁੰਦੇ ਆ ਅੱਛਾ ਜੀ ਸਹਿਯੋਗ ਦਾ ਵੀ ਵਿਖਾਵਾ ਕਰਦੇ ਆ ਸਹਿਯੋਗ ਦਿੰਦੇ ਵੀ ਆ ਪਰ ਜਿਵੇਂ ਚੱਪਲ ਪਿਛਲੇ ਪਾਸੇ ਉਹ ਗਾਰਾ ਭੜਕਾਉਂਦੀ ਹੁੰਦੀ ਹੈ ਨਾ ਇਹ ਗਾਰਾ ਬਹੁਤ ਭੜਕਾਉਂਦੇ ਆ ਬਿਲਕੁਲ ਸਹੀ ਗੱਲਾਂ ਤੁਹਾਡੀਆਂ ਬਾਹਰ ਅੰਦਰ ਦੱਸਦੇ ਬਹੁਤ ਆ ਨਾਲੇ ਮਦਦ ਕਰਦੇ ਦੇ ਨਾਲ ਕਹਣਗੇ ਦਾਣਾਗਾ ਲੈ ਕਰੀ ਆਪਾਂ ਓਕੇ ਵੇਲੇ ਖੜੇ ਸੀ ਨਾਲੇ ਦੇ ਹਾਂ ਬਿਲਕੁਲ ਸਹੀ ਗੱਲ ਹੈ ਔਰ ਇਹੋ ਜਿਹੇ ਲੋਕਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਕਿਉਂਕਿ ਇਹ ਕਦੇ ਵੀ ਤੁਹਾਡੇ ਹੋਕੇ ਵੀ ਤੁਹਾਡੇ ਨਹੀਂ ਹੁੰਦੇ ਤੇ ਹੁਣ ਮੈਂ ਆਪਣੇ ਵਾਲਾ ਚਾਹਤਾ ਵਿਚਾਰ ਪੇਸ਼ ਕਰਾਂ ਜਦੋਂ ਕਿਸੇ ਦੇ ਘਰ ਜਾਓ ਜਦੋਂ ਵੀ ਕਿਸੇ ਦੇ ਘਰ ਜਾਓ ਬੂਹਾ ਖੜਕਾ ਕੇ ਜਾਓ ਅੱਲੀ ਮਾਰ ਕੇ ਜਾਓ ਕੁੱਤੇ ਤੋਂ ਬਚ ਕੇ ਜਾਓ ਮੈਂ ਰਹਿਣ ਦਿਆਂ ਹਾਂ ਚਲੋ ਜਦੋਂ ਵੀ ਕਿਸੇ ਦੇ ਘਰ ਜਾਓ ਤੇ ਆਪਣੀਆਂ ਨਜ਼ਰਾਂ ਇੰਨੀਆਂ ਨੀਵੀਆਂ ਰੱਖੋ ਇੰਨੀਆਂ ਨੀਵੀਆਂ ਰੱਖੋ ਵੀ ਭਾਵੇਂ ਤੁਹਾਡਾ ਮੱਥਾ ਜਾ ਕੇ ਕੌਲੇ ਤੇ ਵੱਜੇ ਭਾਵੇਂ ਕੁੱਤਾ ਥੋੜੀ ਲੱਤ ਫੜ ਲਿਆ ਕੇ ਉਹਨਾਂ ਦਾ ਵੀ ਤੁਸੀਂ ਨਿਗਾ ਨਹੀਂ ਚੱਕਣੀ ਓ ਨਹੀਂ ਭਾਵੇਂ ਬੰਦੇ 'ਚ ਬੰਦਾ ਵੱਜੇ ਤੁਸੀਂ ਉਹਨਾਂ ਦੀ ਭਾਵੇਂ ਗੱਡੀ ਤੇ ਲੈ ਆ ਜੋ ਇਦਾਂ ਦਾ ਕੋਈ ਮਤਲਬ ਨਹੀਂ ਜਣ ਸਾਹਿਬ ਕਰ ਤਾਂ ਸਤਿਆਨਾਸ ਮੇਰੇ ਚਾਹੀਦਾ ਵਿਚਾਰਦਾ ਮੈਂ ਇਹ ਕਹਿ ਰਹੀ ਸੀ ਵੀ ਜਦੋਂ ਕਿਸੇ ਦੇ ਘਰ ਜਾਓ ਤੇ ਨਜ਼ਰਾਂ ਇੰਦੀਆਂ ਨੀਵੀਆਂ ਰੱਖੋ ਕਿ ਉਹਨਾਂ ਵੱਲੋਂ ਤੁਹਾਨੂੰ ਦਿੱਤੇ ਗਿਆ ਸਤਕਾਰ ਤੋਂ ਇਲਾਵਾ ਤੁਹਾਨੂੰ ਉਹਨਾਂ ਦੀਆਂ ਕਮੀਆਂ ਨਜ਼ਰ ਨਾ ਆਉਣ ਜੀ ਤੇ ਜਦੋਂ ਉਹਨਾਂ ਦੇ ਘਰੋਂ ਬਾਹਰ ਨਿਕਲੋ ਤੇ ਆਪਣੀ ਜ਼ੁਬਾਨ ਤੇ ਇੰਨਾ ਕਾਬੂ ਰੱਖੋ ਕਿ ਉਹਨਾਂ ਦੀ ਇੱਜ਼ਤ ਤੇ ਘਰ ਦੇ ਰਾਜ਼ ਜਿਹੜੇ ਨੇ ਉਹ ਉਸੇ ਤਰ੍ਹਾਂ ਬਰਕਰਾਰ ਰਹਿਣ ਗੱਲ ਤੁਸੀਂ ਬਹੁਤ ਸਿਆਣੀ ਕੀਤੀ ਤੇ ਬਹੁਤ ਸੋਹਣੀ ਕੀਤੀ ਆ ਜੀ ਚਲੋ ਮਜ਼ਾਕ ਦੀ ਗੱਲ ਇੱਕ ਪਾਸੇ ਵੀ ਜਦੋਂ ਕਿਸੇ ਦੇ ਘਰੇ ਜਾਓ ਤੇ ਨਜ਼ਰਾਂ ਜਿਹੜੀਆਂ ਉਹ ਨੀਵੀਆਂ ਰੱਖੋ ਕਿਉਂਕਿ ਇੱਜ਼ਤ ਮਾਨ ਸਤਿਕਾਰ ਆ ਜਿਹੜਾ ਜੇਕਰ ਤੁਹਾਨੂੰ ਉਹ ਦਿੰਦੇ ਆ ਤੇ ਤੁਸੀਂ ਵੀ ਮੋੜਵੇਂ ਰੂਪ ਦੇ ਵਿੱਚ ਉਵੇਂ ਹੀ ਦੇਣਾ ਉਹਨਾਂ ਦੀਆਂ ਭੈਣਾਂ ਤੁਹਾਡੀਆਂ ਭੈਣਾਂ ਉਹਨਾਂ ਦੀਆਂ ਬੱਚੀਆਂ ਤੁਹਾਡੀਆਂ ਬੱਚੀਆਂ ਉਹਨਾਂ ਦੇ ਪਰਿਵਾਰਕ ਜੀ ਤੁਹਾਡੀਆਂ ਭੈਣਾਂ ਵਰਗੇ ਜਾਂ ਮਾਮਾ ਵਰਗੇ ਉਹਨਾਂ ਨੂੰ ਇੰਨਾ ਪਿਆਰ ਸਤਿਕਾਰ ਦਿਓ ਤੇ ਜੇਕਰ ਤੁਹਾਡੇ ਕੋਲੇ ਉਹਨਾਂ ਦੀ ਕੋਈ ਕਮੀ ਪੇਸ਼ੀ ਆ ਜਾਂਦੀ ਹੈ ਜਾਂ ਕਮਜ਼ੋਰੀ ਲੱਭ ਜਾਂਦੀ ਹੈ ਤਾਂ ਉਹਨਾਂ ਨੂੰ ਛੱਜ ਦੇ ਵਿੱਚ ਪਾ ਕੇ ਨਾ ਛੱਟੋ ਬਾਹਰ ਆ ਕੇ ਲੋਕਾਂ ਦੇ ਕੋਲੇ ਕੋਈ ਜ਼ਿਕਰ ਨਾ ਕਰੋ ਸਭ ਕੁ ਪਰਦੇ ਦੀ ਗੱਲ ਪਰਦੇ ਦੇ ਵਿੱਚ ਰਹਿਣ ਦਿਓ ਕੁਝ ਕੁ ਗੱਲਾਂ ਇਹੋ ਜੀਆਂ ਹੁੰਦੀਆਂ ਜਿਹੜੀਆਂ ਮੂੰਹ ਦੇ ਵਿੱਚ ਰਹਿਣ ਨਾ ਚਾ ਚੰਗਾ ਲੱਗਦੀਆਂ ਜਿਵੇਂ ਕਹਿੰਦੇ ਨਾ ਸਿਆਣੇ ਵੀ ਜਿਹੜਾ ਮੂੰਹ ਦੇ ਵਿੱਚ ਚਿੰਗਮ ਪਾਈ ਹੋਵੇ ਬਬਲ ਗਮ ਪਾਈ ਹੋਵੇ ਉਹ ਉਹਨਾਂ ਚਿਰ ਹੀ ਸਵਾਦ ਦਿੰਦੀ ਜਿੰਨਾ ਚਿਰ ਮੂੰਹ ਚ ਪਾਈ ਆ ਹੌ ਅਜਾ ਕਲੀ ਰਵਣ ਦੀ ਰਹਿ ਜਾਂਦੀ ਆ ਫਿਰ ਤੋਂ ਕਰਕੇ ਬਾਹਰ ਸੜ ਦੇਣੇ ਆ ਇਸ ਕਰਕੇ ਭਾਈ ਇਸੇ ਤਰੀਕੇ ਨਾਲ ਹੀ ਆ ਰਾਹ ਤਾਂ ਨਾ ਜਿਹੜੇ ਉਹ ਖੋਲਣੇ ਨਹੀਂ ਚਾਹੀਦੇ ਬਿਲਕੁਲ ਸਹੀ ਬੰਦਾ ਮਰ ਜੇ ਤੇ ਨਾਲੀ ਮੁੱਕ ਜੇ ਸਾਰੀ ਗੱਲ ਜੀ ਇਦਾਂ ਹੋਣਾ ਚਾਹੀਦਾ ਬਿਲਕੁਲ ਸਹੀ ਹਮ ਸਰ ਕਰੋਨਾ ਦੇ ਜੋ ਹਾਲਾਤ ਨੇ ਪੰਜਾਬ ਦੇ ਵਿੱਚ ਆਪਾਂ ਸਾਰੇ ਜਾਣਦੇ ਆ ਘਟਣ ਦੀ ਥਾਂ ਤੇ ਦਿਨੋ ਦਿਨ ਵਧਦਾ ਜਾ ਰਿਹਾ ਵਧਦਾ ਜਾ ਰਿਹਾ ਆਪਣੇ ਪੈਰ ਪਸਾਰਦਾ ਜਾ ਰਿਹਾ ਤੇ ਹੁਣ ਸਖਤੀਆਂ ਲਾਗੂ ਕੀਤੀਆਂ ਗਈਆਂ ਨੇ ਜਿਸ ਤੋਂ ਬਾਅਦ ਵਿੱਚ ਇੱਕ ਨਾ ਸਰਕੂਲਰ ਜਾਂ ਜਾਰੀ ਹੋਇਆ ਵੀ ਕਿਹੜੀਆਂ ਦੁਕਾਨਾਂ ਜਿਹੜੀਆਂ ਨੇ ਖੁੱਲਣਗੀਆਂ ਕਿਹੜੀਆਂ ਬਿਲਕੁਲ ਨਹੀਂ ਖੁੱਲਣਗੀਆਂ ਕਿਹੜੀਆਂ ਕਿਹੜੇ-ਕਿਹੜੇ ਦਿਨ ਖੁੱਲਣਗੀਆਂ ਤਾਂ ਜੋ ਇਹਨੂੰ ਫੈਲਣ ਤੋਂ ਰੋਕਿਆ ਜਾ ਸਕੇ ਪਰ ਮੈਂ ਹੈਰਾਨ ਸੀ ਵੀ ਖੁੱਲਣ ਵਾਲੀਆਂ ਦੁਕਾਨਾਂ ਦੇ ਵਿੱਚ ਸ਼ਰਾਬ ਨੂੰ ਵੀ ਸ਼ਾਮਲ ਕੀਤਾ ਗਿਆ ਮਤਲਬ ਠੇਕੇ ਵੀ ਜਿਹੜੇ ਉਹ ਖੁੱਲਣਗੇ ਤੇ ਉੱਥੇ ਕੋਈ ਡਰ ਨਹੀਂ ਆ ਕਰੋਨਾ ਦਾ ਦੇਖੋ ਜੀ ਜ਼ਰੂਰੀ ਵਸਤਾਂ ਅੰਜੜੀਆਂ ਉਹ ਪੰਜਾਬ ਦੇ ਵਿੱਚ ਉਹਦੀਆਂ ਦੁਕਾਨਾਂ ਖੁੱਲੜੀਆਂ ਤੇ ਸ਼ਰਾਬ ਨਾਲੋਂ ਜ਼ਰੂਰੀ ਕਿਹੜੀ ਚੀਜ਼ ਹੋ ਸਕਦੀ ਹੈ ਇਹ ਪਿਆਕੜਾਂ ਨੂੰ ਵੀ ਪਤਾ ਤੇ ਇਹ ਸਾਡੀ ਸਰਕਾਰ ਨੂੰ ਵੀ ਪਤਾ ਜਦੋਂ ਕੈਪਟਨ ਸਾਹਿਬ ਆਪ ਕਹਿੰਦੇ ਹੋਣ ਕਿ ਜੇਕਰ ਅਸੀਂ ਪੰਜਾਬ 'ਚ दारू ਦੇ ਠੇਕੇ ਨਾ ਖੋਲੇ ਤਾਂ ਫਿਰ ਅਸੀਂ ਤਨਖਾਹਾਂ ਕਿਵੇਂ ਦੇਵਾਂਗੇ ਪੰਜਾਬ ਤਰੱਕੀ ਕਿਵੇਂ ਕਰੂਗਾ ਇਸ ਕਰਕੇ ਇਹਨੂੰ ਜ਼ਰੂਰੀ ਸੇਵਾਵਾਂ ਦੇ ਵਿੱਚ ਸ਼ਾਮਲ ਕੀਤਾ ਗਿਆ ਸੋ ਠੇਕੇ ਦੇ ਉੱਤੇ ਭਾਵੇਂ 50 ਬੰਦੇ ਖੜੇ ਹੋਣ ਭਾਵੇਂ 40 ਬੰਦੇ ਖੜੇ ਹੋਣ ਭਾਵੇਂ 25 ਬੰਦੇ ਖੜੇ ਹੋਣ ਕੋਈ ਸਰੀਰਕ ਦੂਰੀ ਨਾ ਹੋਵੇ ਕਿਸੇ ਨੇ ਮਾਸਕ ਪਾਇਆ ਹੋਵੇ ਜਾਂ ਨਾ ਪਾਇਆ ਹੋਵੇ ਕਰੋਨਾ ਕੱਖ ਨਹੀਂ ਕਹਿੰਦਾ ਹੂੰ ਹਾਂ ਮੈਂ ਤਾਂ ਵੈਸੇ ਵੀ ਹੈਰਾਨ ਸੀ ਵੀ ਸ਼ਾਇਦ ਇਹ ਜਿਹੜਾ ਕਰੋਨਾ ਹੈ ਇਹ ਕਾਲੇ ਕੱਛਿਆਂ ਵਾਲੇ ਗਰੋਧ ਨਾਲ ਰਲ ਗਿਆ ਵੀ ਇਹ ਰਾਤ ਨੂੰ ਹੀ ਬਾਹਰ ਨਿਕਲਦਾ ਦਿਨੇ ਤਾਂ ਕਿਸੇ ਨੂੰ ਕੁਝ ਵੀ ਨਹੀਂ ਕਹਿੰਦਾ ਕਹਿੰਦੇ ਵੀ ਪਿਛਲੇ ਦਿਨੀ ਇੱਕ ਅਧਿਆਪਕ ਨੇ ਆਪਣੇ ਇੱਕ ਵਿਦਿਆਰਥੀ ਨੂੰ ਕਿਹਾ ਵੀ ਕਰੋਨਾ ਦੇ ਉੱਤੇ ਪੁੱਤ ਲੇਖ ਲਿਖ ਕੇ ਦਿਖਾ ਉਹਨੇ ਲੇਖ ਲਿਖਿਆ ਕੋਕਾ 100 ਦੇ ਵਿੱਚੋਂ 100 ਅੰਕੋ ਨੂੰ ਮਿਲ ਗਿਆ ਉਹਨੇ ਇਹ ਲਿਖਿਆ ਜੀ ਕਰੋਨਾ ਇਸ ਪੰਜਾਬ ਦੇ ਵਿੱਚ ਸਾਡੇ ਮਾਨਮਤੇ ਪੰਜਾਬ ਦੇ ਬੱਚ ਇੱਕ ਇਹੋ ਜਿਹਾ ਆਗਿਆਕਾਰੀ ਵਾਇਰਸ ਹੈ ਜਿਹਦੇ ਵਰਗਾ ਆਗਿਆਕਾਰੀ ਕਦੇ ਕੋਈ ਧੀ ਪੁੱਤ ਵੀ ਨਹੀਂ ਹੋਇਆ ਕਹਿੰਦਾ ਜੀ ਇਹ ਰਾਤ ਨੂੰ 7 ਵਜੇ ਨਿਕਲਦਾ ਬਾਹਰ ਤੇ ਸਵੇਰ ਦੇ 5 ਵਜੇ ਤੱਕ ਹਨੇਰੇ ਦੇ ਵਿੱਚ ਐ ਪੂਰਾ ਦੜੰਗੇ ਮਾਰਦਾ ਹੈ ਇਹ ਕਿਸੇ ਦੀ ਪਰਵਾਹ ਨਹੀਂ ਕਰਦਾ ਹੈ ਕਿਸੇ ਨੂੰ ਵੀ ਚੁੰਬੜ ਸਕਦਾ ਹੈ ਪਰ ਜਦੋਂ ਇਹ 6:59 ਮਿੰਟ ਹੋਏ ਹੁੰਦੇ ਆ ਸ਼ਾਮ ਦੇ ਉਦੋਂ ਵੀ ਆਪਣੇ ਅੰਦਰ ਵੜਿਆ ਰਹਿੰਦਾ ਹੈ ਤੇ ਜਦੋਂ ਸਵੇਰ ਦੇ 5:01 ਮਿੰਟ ਹੁੰਦਾ ਹੈ ਭੱਜ ਕੇ ਫਿਰ ਆਪਣੇ ਘਰ ਦੇ ਵਿੱਚ ਵੜ ਜਾਂਦਾ ਹੈ ਬੱਸ ਦੇ ਵਿੱਚ ਭਾਵੇਂ 25 ਸਵਾਰੀਆਂ ਹੋਣ ਭਾਵੇਂ 30 ਹੋਣ ਇਹ ਕਿਸੇ ਨੂੰ ਕੁਝ ਨਹੀਂ ਕਹਿੰਦਾ ਸਰਕਾਰ ਦੇ ਨਿਯਮਾਂ ਦੇ ਮੁਤਾਬਕ ਜੇਕਰ ਕਾਰ ਦੇ ਵਿੱਚ 3 ਸਵਾਰੀਆਂ ਬੈਠੀਆਂ ਹਨ ਇਹ ਕਿਸੇ ਨੂੰ ਕੁਝ ਨਹੀਂ ਕਹਿੰਦਾ ਪਰ ਜੇਕਰ ਚੌਥੀ ਸਵਾਰੀ ਬੈਠੀ ਇਹ ਭੱਜ ਕੇ ਜੱਫੀ ਪਾ ਲੈਂਦਾ ਹੈ ਜੇਕਰ ਕਿਸੇ ਨੇ ਵਿਆਹ ਰੱਖਿਆ 30 ਬੰਦੇ ਸਰਕਾਰ ਦੇ ਨਿਯਮਾਂ ਮੁਤਾਬਕ ਆ ਪਰ ਜੇਕਰ 31ਵਾਂ ਹੋਇਆ ਤੇ ਭੱਜ ਕੇ ਚੁਬੜ ਜਾਂਦਾ ਹੈ ਜੀ ਉਹਨੇ ਬਹੁਤ ਸਾਰੀਆਂ ਗੱਲਾਂ ਵਿੱਚ ਲਿਖੀਆਂ ਫਿਰ ਉਹਨੇ ਕਿਹਾ ਕਿ ਇਹ दारू ਦੇ ਨਾਲ ਮਸਤ ਹੋ ਜਾਂਦਾ ਹੈ ਹੂੰ ਜੇਕਰ ਸੈਨੇਟਾਈਜ਼ਰ 70 ਜਾਂ 80% ਦੀ ਅਲਕੋਹਲ ਦੀ ਮਾਤਰਾ ਵਾਲਾ ਹੋਵੇ ਐਂ ਕਰੋ ਨਾਲ ਦੀ ਨਾਲ ਇਹ ਮਸਤ ਹੋ ਕੇ ਬਾਦ ਦੜੰਗੇ ਮਾਰਦਾ ਡਿੱਗ ਪੈਂਦਾ ਬਸ ਬੌਂਦਲ ਜਾਂਦਾ ਹੈ ਸੋ ਇਸ ਕਰਕੇ ਕੋਰੋਨਾ ਵਰਗੀ ਤਾਂ ਚੀਜ਼ ਕੋਈ ਨਹੀਂ ਉਸ ਬੱਚੇ ਨੇ ਕਿਹਾ ਅੱਛਾ ਜੀ ਵੈਸੇ ਗੱਲਾਂ ਸੱਚੀਆਂ ਵੀ ਨੇ ਟਾਲਾ ਸਾਹਿਬ ਕਿਉਂਕਿ ਜਿਹੋ ਜਿਹੋ ਜੇ ਫੈਸਲੇ ਪੰਜਾਬ ਦੇ ਵਿੱਚ ਖਾਸ ਤੌਰ ਤੇ ਲਏ ਜਾ ਰਹੇ ਨੇ ਸਰਕਾਰਾਂ ਵੱਲੋਂ ਇਹ ਸਮੇਂ ਤੋਂ ਬਾਹਰ ਦੀਆਂ ਗੱਲਾਂ ਨੇ ਨਾ ਲੋਕ ਸਰਕਾਰਾਂ ਦੀ ਮੰਨ ਕੇ ਰਾਜ਼ੀ ਨੇ ਤੇ ਨਾ ਹੀ ਸਰਕਾਰਾਂ ਲੋਕਾਂ ਬਾਰੇ ਸੋਚ ਕੇ ਕੁਝ ਰਾਜ਼ੀ ਜੀ ਸਾਡੇ ਇੱਕ ਅਦਮੀ ਚੁੱਕੇ ਗਏ ਪੈਰ ਹਨ ਜਿਹੜੇ ਬਹੁਤ ਕੀਤੀ ਗਈ ਕਾਲੀ ਹੈ ਜਿਹੜੀ ਉਹ ਗਲਤੀ ਕਰਵਾ ਜਾਂਦੀ ਹੈ ਕਿਉਂਕਿ ਅਸੀਂ ਮਿਸ਼ਨ ਫਤਿਹ ਗਾਣਾ ਲੋੜ ਤੋਂ ਪਹਿਲਾਂ ਗਵਾ ਬੈਠੇ ਆ ਉਧਰ ਤਾਂ ਅਸੀਂ ਗਵਾਈਏ ਨੇ ਮਿਸ਼ਨ ਫਤਿਹ ਹੈ ਸਾਡਾ ਇਧਰ ਪਤਾ ਲੱਗਦਾ ਵੀ ਆ ਵੀ ਮੰਤਰੀ ਕਰੋਨਾ ਪੀੜਤ ਹੋ ਗਿਆ ਉਹ ਵੀ ਵਿਧਾਇਕ ਕਰੋਨਾ ਪੀੜਤ ਹੋ ਗਿਆ ਇੱਕ ਪਾਸੇ ਕਹੀ ਜਾਂਦੇ ਵੀ 17-1700 ਬੰਦਾ ਪੰਜਾਬ ਦੇ ਵਿੱਚ ਹਰ ਰੋਜ਼ ਕਰੋਨਾ ਪੀੜਤ ਆ ਰਿਹਾ ਦੂਜੇ ਪਾਸੇ ਮਿਸ਼ਨ ਫਤਿਹ ਹੈ ਮਿਸ਼ਨ ਫਤਿਹ ਹੈ ਮਿਸ਼ਨ ਬਤਿਹ ਹੈ ਸਹੀ ਗੱਲ ਹੈ ਤੁਸੀਂ ਇਹ ਵੇਖੋ ਕਿ ਮੈਂ ਤਾਂ ਹੈਰਾਨ ਸੀ ਕੁਝ ਕੁ ਲੋਕਾਂ ਨੇ ਵੀਡੀਓਜ਼ ਵੀ ਭੇਜੀਆਂ ਨੇ ਆ ਮੈਨੂੰ ਵੀ ਆਪਣੇ ਕੁਝ ਜਿਹੜੇ ਪਰਿਵਾਰਕ ਜੀ ਨੇ ਉਹਨਾਂ ਨੇ ਵੀਡੀਓਜ਼ ਭੇਜੀਆਂ ਜਿਦੇ ਵਿੱਚ ਚਾਹੇ ਸਰਕਾਰ ਦੇ ਵੱਲੋਂ ਕਿਹਾ ਗਿਆ ਹੈ ਕਿ ਜਿਹੜੀਆਂ ਬੱਸਾਂ ਨੇ ਉਹਦੇ ਵਿੱਚ ਜਿਹੜੀਆਂ ਅੱਧੀਆਂ ਸਵਾਰੀਆਂ ਹੋਣਗੀਆਂ ਹੁਣ ਪੂਰੀਆਂ ਨਹੀਂ ਬਿਠਾ ਸਕਦੇ ਪਰ ਉਹ ਬੱਸਾਂ ਦੇ ਵਿੱਚ ਪੂਰੀਆਂ ਸਵਾਰੀਆਂ ਲੱਦ ਕੇ ਤੁਰੇ ਫਿਰਦੇ ਨੇ ਉਹ ਕਹਿੰਦੇ ਸਰਕਾਰ ਹੋਈ ਗਿਆ ਆਪਣੇ ਘਰੇ ਹੋਈ ਕਿ ਅਸੀਂ ਤਾਂ ਭਾਈ ਐ ਹੀ ਚੱਲਦੇ ਆ ਇਹ ਤਾਂ ਗੱਲ ਸਹੀ ਹੈ ਫਿਰ ਉਹਨਾਂ ਦੀ ਦੇਖੋ ਉਹ ਕਹਿੰਦੇ ਵੀ ਜੇਕਰ ਭੁੱਖੇ ਮਰਨਾ ਜਾਂ ਕਰੋਨਾ ਨਾਲ ਮਰਨਾ ਦੋਵਾਂ ਦੇ ਵਿੱਚੋਂ ਇੱਕ ਚੀਜ਼ ਆਪਾਂ ਛੱਡ ਲੈਣੀ ਹੈ ਸਾਡੀਆਂ ਸਰਕਾਰਾਂ ਜਿਹੜੀਆਂ ਉਹ ਇਕੱਲੀ ਰਾਏ ਦਿੰਦੇਗਾ ਭਾਈ ਅੱਜ ਤੋਂ ਬਾਅਦ ਤੁਸੀਂ ਐ ਨਹੀਂ ਕਰਨਾ ਐਂ ਕਰ ਲਓ ਹੁਣ ਤੁਸੀਂ ਹੋਰ ਨਹੀਂ ਕਰਨਾ ਐਂ ਕਰ ਲਓ ਸੋ ਬੰਦੇ ਇਹ ਗੱਲ ਕਹਿੰਦੇ ਆ ਲੋਕ ਇਹ ਗੱਲ ਕਹਿੰਦੇ ਆ ਕਾਰੋਬਾਰੀ ਇਹ ਗੱਲ ਕਹਿੰਦੇ ਵੀ ਅਸੀਂ ਖਾਈਏ ਕੀ ਢੰਡ ਨੂੰ ਗੰਢ ਦੇ ਲਈਏ ਕੀ ਕਰਗੀ ਅਸੀਂ ਪਰ ਰਾਤ ਦਾ ਫਿਰ ਮੈਂ ਉੱਥੇ ਆਉਣੀ ਆ ਵੀ ਰਾਤ ਦਾ ਜਿਹੜਾ ਕਰਫਿਊ ਆ ਮੈਨੂੰ ਸਮਝ ਨਹੀਂ ਆਉਂਦਾ ਟੇਣਾ ਸਾਹਿਬ ਵੀ ਉਹਦੇ ਪਿੱਛੇ ਦਾ ਕੀ ਕਾਰਨ ਆ ਕਿਉਂ ਲਾ ਰਹੇ ਨੇ ਉਹਦੇ ਨਾਲ ਕੀ ਫਾਇਦਾ ਹੋ ਰਿਹਾ ਕਿ ਇਹ ਕੋਰੋਨਾ ਨੂੰ ਪਾਗਲ ਬਣਾ ਰਹੇ ਨੇ ਉਹਨੂੰ ਕਹਿ ਲਓ ਵੀ ਉਹ ਅੰਨਾ ਹੈ ਉਹਨੂੰ ਦਿਖਦਾ ਨਹੀਂ ਆ ਰਾਤ ਨੂੰ ਜਾਂ ਕੀ ਚੱਕਰ ਕੀ ਆ ਵੀ ਰਾਤ ਨੂੰ ਕਰਫਿਊ ਲਾ ਰਹੇ ਨੇ ਦੇਖੋ ਇਹ ਜਿਹੜਾ ਕਰੋਨਾ ਨਾ ਇਹ ਚੀਨ ਵਾਲਿਆਂ ਨੇ ਕਿਹਾ ਸੀ ਵੀ ਚਮਗਿੱਦੜਾਂ ਤੋਂ ਫੈਲਦਾ ਚਮਗਿੱਦੜਾਂ ਨੂੰ ਰਾਤ ਦੇ ਵੇਲੇ ਦਿਸਦਾ ਦਿਨ ਦੇ ਵੇਲੇ ਨਹੀਂ ਦਿਸਦਾ ਜੇਕਰ ਉਹਨਾਂ ਦੀ ਨਸਲ ਦੇ ਵਿੱਚੋਂ ਅੰਸ਼ਵੰਸ਼ ਦੇ ਵਿੱਚੋਂ ਆ ਫੇਰ ਇਹ ਪੰਜਾਬ ਦੇ ਵਿੱਚ ਰਾਤ ਦੇ ਵੇਲੇ ਹੀ ਦੇਖ ਸਕਦਾ ਮੈਨੂੰ ਕਦੇ ਕਦੇ ਲੱਗਦਾ ਵੀ ਇਹਦਾ ਕੋਈ ਰਿਸ਼ਤੇਦਾਰ ਭੂਆ ਫੁੱਫੜ ਦਾ ਕੋਈ ਗਾਂ ਦੀ ਗਾਂ ਰਿਸ਼ਤੇਦਾਰ ਇਹ ਉੱਲੂ ਦੇ ਨਾਲ ਵੀ ਜੁੜਿਆ ਕਿਉਂਕਿ ਉੱਲੂ ਨੂੰ ਵੀ ਰਾਤ ਦੇ ਵੇਲੇ ਦੱਸਦਾ ਇਸ ਕਰਕੇ ਇਹ ਉਹਨਾਂ ਦੀ ਨਸਲ ਦੇ ਵਿੱਚੋਂ ਮੰਨੋ ਜਾਂ ਨਾ ਮੰਨੋ ਨਵੀਂ ਖੋਜ ਹੋਈ ਆ ਹੋ ਸਕਦਾ ਡਾਣਾ ਸਾਹਿਬ ਤੁਸੀਂ ਵੀ ਵਿਗਿਆਨੀ ਬਣ ਸਕਦੇ ਦੇਖੋ ਜਦੋਂ ਚੀਨ ਕਹਿੰਦਾ ਵੀ ਚਮਗਿੱਦੜਾਂ ਤੋਂ ਫੈਲਿਆ ਤੇ ਫਿਰ ਆਪਾਂ ਮੰਨਦੇ ਵੀ ਭਾਈ ਚਮਗਿੱਦੜ ਦੇ ਵੰਸ਼ ਦੇ ਵਿੱਚੋਂ ਰਾਤ ਨੂੰ ਹੀ ਦਸੂਗਾ ਬਿਲਕੁਲ ਸਹੀ ਗੱਲ ਹੈ ਪਰ ਲੋਕ ਬਹੁਤ ਪਰੇਸ਼ਾਨ ਨੇ ਕਿਉਂਕਿ ਉਹਨਾਂ ਨੂੰ ਸਿਰਫ ਸਲਾਹਾਂ ਹਦਾਇਤਾਂ ਤੋਂ ਇਲਾਵਾ ਕੁਝ ਨਹੀਂ ਲੱਭ ਰਿਹਾ ਹੈਗਾ ਉਹ ਵਿਚਾਰੇ ਜਿਨ੍ਹਾਂ ਨੇ ਹੁਣ ਦਿਹਾੜੀ ਧੱਪਾ ਕਰਕੇ ਸਵੇਰੇ ਜ ਦਿਹਾੜੀ ਮਿਲੂਗੀ ਤਾਂ ਸ਼ਾਮ ਨੂੰ ਘਰੇ ਰੋਟੀ ਆਊਗੀ ਉਹ ਵਿਚਾਰਾ ਬੰਦਾ ਸੋਚ ਕਰਾਂ ਕਿ ਇੱਕ ਬੰਨੇ ਆਪਣੀ ਜਾਨ ਦਾ ਡਰ ਦੂਸਰੇ ਬੰਨੇ ਇਸ ਬਿਮਾਰੀ ਨੇ ਵੈਸੇ ਝੰਬਿਆ ਪਿਆ ਤੇ ਤੀਜੇ ਬੰਨੇ ਤੁਸੀਂ ਵੇਖੋ ਸਰਕਾਰਾਂ ਦੀਆਂ ਹਦਾਇਤਾਂ ਬੰਦਾ ਜਾਵੇ ਕਿੱਥੇ ਬਿਲਕੁਲ ਜੀ ਤੇ ਇੱਕ ਗੱਲ ਹੋਰ ਆ ਕਿ ਪੰਜਾਬ ਦੇ ਵਿੱਚ ਬਣੇ ਸੈਨੀਟਾਈਜ਼ਰਾਂ ਦੇ ਵਿੱਚੋਂ 60% ਦੀ ਨਕਲੀ ਪਤਾ ਲੱਗਾ ਇੱਕ ਸਰਵੇਖਣ ਹੋਇਆ ਵੀ ਕੁੱਲ ਸੈਨੀਟਾਈਜ਼ਰਾਂ ਦੇ ਵਿੱਚੋਂ 60% ਦੀ ਪੰਜਾਬ 'ਚ ਨਕਲੀ ਹੈਗੇ ਆ ਸੈਨੀਟਾਈਜ਼ਰ ਉਹ ਕਾਮਯਾਬ ਆ ਜਿਦੇ ਵਿੱਚ 70 ਤੋਂ ਲੈ ਕੇ 80% ਦੀ ਐਲਕੋਹਲ ਹੋਵੇ ਪਰ ਪੰਜਾਬ ਦੇ ਵਿੱਚ ਇਦਾਂ ਨਹੀਂ ਚੱਲਦਾ ਪੰਜਾਬ ਦੇ ਵਿੱਚ ਤਾਂ ਉਹ ਮਿਲਾ ਕੇ ਕਿਨੂ ਕਿਨੇ ਮੈਥਨੋਲ ਜੀ ਤੇ ਸਪਿਰਟ ਸਪੂਟ ਦੀ ਪਾ ਕੇ ਤੇ ਐਂ ਦੇਈ ਜਾਂਦੇ ਪਾਣੀ ਦਾ ਬੱਲੇਓ ਸ਼ੇਰ ਬੱਗੇਓ ਲੱਗੇ ਰੋ ਇਸੇ ਤਰੀਕੇ ਨਾਲ ਕੋਈ ਵੀ ਚੀਜ਼ ਸ਼ੁੱਧ ਨਹੀਂ ਰਹਿਣੀ ਚਾਹੀਦੀ ਚਾਹੇ ਉਹ ਸੈਨੀਟਾਈਜ਼ਰ ਹੋਵੇ ਖਾਣ ਪੀਣ ਵਾਲੀ ਚੀਜ਼ ਹੋਵੇ ਜਾਂ ਕੋਈ ਵੀ ਚੀਜ਼ ਹੋਵੇ ਬਸ ਇੱਕ ਬਾਰੇ ਹਨਾ ਕਹਿੰਦੇ ਤਾਂ ਫੱਟੇ ਬਲਾ ਦੇਓ ਫੱਟੇ ਚੱਕ ਦੇ। ਹੀਰਾ ਫੇਰੀ ਸ਼ੁੱਧ ਰਹਿਣੀ ਚਾਹੀਦੀ ਹੈ। ਬਿਲਕੁਲ ਹੀਰਾ ਫੇਰੀ 24 ਕੈਰਟ ਬਾਕੀ ਕੋਈ ਚੀਜ਼ ਨਾ ਰਹਿ ਜਾ ਸ਼ੁੱਧ। ਜੱਜ ਦਾ ਵਿਚਾਰ। ਰਣਾ ਸਾਹਿਬ ਹੁਣ ਆਪਾਂ ਗੱਲ ਕਰਦੇ ਆਂ ਦੂਜੇ ਪੰਜਾਬ ਦੀ। ਅੱਛਾ। ਯਾਨੀ ਕਿ ਕੈਨੇਡਾ ਦੀ? ਦੇਖੋ ਪੰਜਾਬੀ ਜਿੱਥੇ ਵੀ ਗਏ ਨਾ ਉਹਨਾਂ ਨੇ ਨਵਾਂ ਪੰਜਾਬ ਬਸਾਇਆ। ਬਿਲਕੁਲ। ਭਾਵੇਂ ਇੱਕ ਡੇਟਾ ਗਏ ਹੋਣ। ਭਾਵੇਂ ਆਸਟ੍ਰੇਲੀਆ ਗਏ ਹੋਣ ਨਿਊਜ਼ੀਲੈਂਡ ਹੋਣ ਇੰਗਲੈਂਡ ਦੇ ਵਿੱਚ ਹੋਣ ਅਸੀਂ ਥਾਂ ਥਾਂ ਤੇ ਜਾ ਕੇ ਮਿੱੰਨੀ ਪੰਜਾਬ ਵਸਾਇਆ ਸਾਨੂੰ ਮਾਣ ਹੈ ਇਸ ਗੱਲ ਦੇ ਉੱਤੇ ਔਰ ਉਹਨਾਂ ਲੋਕਾਂ ਨੂੰ ਸੱਚੀ ਦਿਲੋਂ ਸਲਾਮ ਹੈ ਜਿਨ੍ਹਾਂ ਨੇ ਮਿਹਨਤ ਸਦਕਾ ਆਪਣਾ ਆਪਣੇ ਪਰਿਵਾਰ ਦਾ ਸੂਬੇ ਦਾ ਨਾਂ ਜਿਹੜਾ ਹੈ ਉਹ ਰੌਸ਼ਨ ਕੀਤਾ ਹੈ ਜਿਨ੍ਹਾਂ ਨੇ ਮਿਹਨਤਾਂ ਦੇ ਨਾਲ ਝੰਡੇ ਗੱਡੇ ਨੇ ਹਣਾ ਪਰ ਇੱਕ ਵੀਡੀਓ ਜਿਹੜੀ ਕੈਨੇਡਾ ਦੀ ਅੱਜਕੱਲ ਬਹੁਤ ਵਾਇਰਲ ਹੋ ਰਹੀ ਆ ਬੜਾਈ ਭੀੜ ੜਕਾ ਜੀ ਮੈਂ ਹੈਰਾਨ ਹੋ ਗਈ ਵੀ ਇੰਨੀ ਭੀੜ ਕਿਉਂ ਖੜੀ ਹੈ ਮਤਲਬ ਇੱਕ ਬੰਨੇ ਕੋਰੋਨਾ ਫੇਰ ਉੱਥੇ ਹੀ ਗੱਲ ਆ ਗਈ ਦੂਜੇ ਬੰਨੇ ਇੰਨੇ ਸੈਂਕੜਿਆਂ ਦੀ ਗਿ ਖਬਰ ਆ ਜੀ ਉਥੇ ਨੇ ਇੱਕ ਸਟੋਰ ਖੁੱਲਿਆ ਜਿਹਨੂੰ ਆਪਾਂ ਗਰੋਸਰੀ ਸਟੋਰ ਕਹਿੰਦੇ ਆ ਰਾਸ਼ਨ ਪਾਣੀ ਵਾਲਾ ਸਟੋਰ ਉਹਨਾਂ ਨੇ ਇਹ ਐਲਾਨ ਕਰਤਾ ਵੀ ਜਿਹੜੇ ਪਹਿਲੇ 100 ਲੋਕ ਆਉਣਗੇ ਨਾ ਸਾਡੇ ਸਟੋਰ ਦੇ ਵਿੱਚ ਉਹਨਾਂ ਨੂੰ ਅਸੀਂ ਕੁੱਕਰ ਦੇਣਾ ਬਸ ਫਿਰ ਮੁਫਤ ਦੇ ਵਜhਤਾ ਜ਼ਹਿਰ ਮਲੇ ਸਾਨੂੰ ਪੰਜਾਬੀਆਂ ਨੂੰ ਅਸੀਂ ਉਹ ਨਹੀਂ ਛੱਡਦੇ ਤਾਂ ਫਿਰ ਵੀ ਕੁੱਕਰ ਸੀਗਾ 20 30 50 ਡਾਲਰਾਂ ਦਾ ਕੁੱਕਰ ਹੋਊਗਾ ਪਰ ਮਾਂ ਦੇ ਸ਼ੇਰ ਬਗੜੇ ਜਿਹੜਾ ਜਲੂਸ ਕਢਾਇਆ ਦਾ ਉਥੇ ਜਾ ਕੇ ਇਹ ਵੇਖ ਕੇ ਮੈਨੂੰ ਜਲੂਸ ਬਿਲਕੁਲ ਇਉਂ ਲੱਗਾ ਵੀ ਜਿਵੇਂ ਲੋਕ ਸਭਾ ਦੀਆਂ ਚੋਣਾਂ ਦੇ ਮੌਕੇ ਪਟਿਆਲੇ ਦੇ ਵਿੱਚ ਨਾ ਕਚੋਰੀਆਂ ਲਾਈਆਂ। ਜੀ। ਕਚੋਰੀਆਂ ਨੂੰ ਟੁੱਟ ਕੇ ਪੈ ਗਏ ਲੋਕ ਰੈਲੀ ਦੇ ਵਿੱਚ, ਸਮੋਸਿਆਂ ਨੂੰ ਟੁੱਟ ਕੇ ਪੈ ਗਏ, ਚਿੱਤਰੋ, ਚਿਤਰੀ, ਪੱਗੋ, ਹੱਥੀ, ਚੁੰਨੀਆਂ ਰੁਲਦਿਆਂ ਫਿਰਦਿਆਂ ਵਿੱਚ ਉਸੇ ਤਰੀਕੇ ਨਾਲ ਉੱਥੇ ਆ। ਇਹ ਇੱਥੇ ਹੀ ਕਹਿ ਲੱਗਦੇ ਮੈਨੂੰ ਸਾਰੇ। ਬਿਲਕੁਲ। ਇਹ ਉਸ ਰੈਲੀ 'ਚ ਵੀ ਸੀਗੇ। ਜੀ। ਉਸ ਤੋਂ ਬਾਅਦ ਨੂੰ ਉੱਥੇ ਜਾਣ ਦਾ ਮੌਕਾ ਮਿਲਿਆ। ਜੀ, ਜੀ, ਤੁਸੀਂ ਉਹ ਲੱਡੂਆਂ ਵਾਲੇ ਭੁੱਲ ਗਏ ਵੀ ਜਿੱਥੇ ਲੱਡੂ ਵਾਲੇ ਤਾਂ ਲੈ ਵੀ ਸੀ ਕਿਉਂ ਨਹੀਂ ਆਪਾਂ। ਆਪ ਵੀ ਲੈ ਕੇ ਚਾਕੇ ਇ ਪੇਰੋ ਪੂੜੀਆਂ ਵਾਲੀ ਵੀ ਇੱਕ ਵੀਡੀਓ ਆਈ ਸੀ ਕਿੱਥੇ ਥੱਲੇ ਡੀਆਂ ਵੀ ਚੱਕੀ ਗਏ ਨੇ ਪਤਾ ਹੀ ਨਹੀਂ ਲੱਗਣ ਦਿੱਤਾ ਕਿੱਥੇ ਗਈਆਂ ਪੂੜੀਆਂ ਹਨਾ ਸੋ ਉੱਥੇ ਹੀ ਇਹ ਕੁੱਕਰਾਂ ਵਾਲੀ ਵੀ ਅੱਜਕੱਲ ਚਰਚਾ ਜਿਹੜੀ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਜ਼ਿਆਦਾ ਛੜੀ ਹੋਈ ਹੈ ਵੀ ਲੋਕ ਜਿਹੜੇ ਕਿੰਨੀ ਵੱਡੀ ਤਾਦਾਦ ਦੇ ਵਿੱਚ ਮੁਫਤ ਦੇ ਕੁੱਕਰ ਲੈਣ ਦੇ ਲਈ ਪਹੁੰਚਦੇ ਨੇ ਦੇਖੋ ਸ਼ਰਮ ਆਉਂਦੀ ਐ ਇਸ ਗੱਲ ਦੇ ਉੱਤੇ ਬਈ ਇੱਕ ਤਾਂ ਹੁੰਦੇ ਵੀ ਲੋੜਵੰਦ ਲੋਕ ਜਿਨ੍ਹਾਂ ਦੇ ਕੋਲੇ ਹੈ ਨਹੀਂ ਚਲੋ ਇਹ ਮਜਬੂਰੀ ਦੇ ਵਿੱਚ ਬੰਦਾ ਕਈ ਵਾਰੀ ਇਦਾਂ ਦੀਆਂ ਗੱਲਾਂ ਕਰਦਾ ਪਰ ਤੁਸੀਂ ਸੋਹਣੇ ਦੇਸ਼ ਦੇ ਵਿੱਚ ਚਲੇ ਗਏ ਆ ਤੁਹਾਡੇ ਕੋਲੇ ਸਾਰਾ ਕੁਝ ਹੈਗਾ ਤੁਸੀਂ ਸਾਧਨ ਸੰਪੰਨ ਹੋ ਗਏ ਆ ਹੋਰ ਕੀ ਚਾਹੀਦਾ ਪਰ ਆਪਾਂ ਭੁੱਖ ਜੇਕਰ ਉੱਥੇ ਵੀ ਦਿਖਾਉਨੇ ਆ ਤਾਂ ਬਹੁਤ ਮਾੜੀ ਗੱਲ ਆ ਜੀ ਬੜੀ ਫਿਕਰਮੰਦੀ ਵਾਲੀ ਗੱਲ ਆ ਅਸੀਂ ਤਾਂ ਇੱਥੇ ਇਹ ਗੱਲ ਕਹਿੰਨੇ ਹੁੰਨੇ ਆ ਵੀ ਮੁਫਤ ਦੀਆਂ ਚੀਜ਼ਾਂ ਦੇ ਉੱਤੇ ਨਾ ਮਰਿਆ ਕਰਗੇ ਮੁਫਤਰੀਆਂ ਚੀਜ਼ਾਂ ਦੇ ਉੱਤੇ ਨਾ ਖਾਪਿਆ ਕਰਗੇ ਪਰ ਅਸੀਂ ਤਾਂ ਬਾਹਰ ਜਾ ਕੇ ਨਹੀਂ ਉਹ ਆਦਤ ਛੱਡਦੇ ਜੀ ਨਾਲੇ ਟੈਣਾ ਸਾਹਿਬ ਮੈਨੂੰ ਇਹ ਲੱਗਦਾ ਬਾਕੀ ਗੱਲਾਂ ਚਲੋ ਇੱਕ ਬੰਨੇ ਰਹੀਆਂ ਕਿਸੇ ਨੇ ਜਾਣਾ ਨਹੀਂ ਜਾਣਾ ਹੇ ਪਰ ਥੋੜਾ ਜਿਹਾ ਆਪਾਂ ਸੋਚ ਕੇ ਵੇਖੀਏ ਕਰੋਨਾ ਦਾ ਦੌਰ ਹੈ ਹਰੇਕ ਬੰਦੇ ਨੂੰ ਦੂਜੇ ਨਾਲੋਂ ਕਿੰਨੀ ਦੂਰੀ ਬਣਾ ਕੇ ਖੜਾ ਕਰਨ ਲਈ ਕਿਹਾ ਜਾ ਰਿਹਾ ਮਾਸਕ ਪੈਨੋ ਤੁਸੀਂ ਸੈਨੀਟਾਈਜ਼ਰ ਲਗਾਓ ਹਰ ਚੀਜ਼ ਦਾ ਖਿਆਲ ਰੱਖੋ ਉੱਥੇ ਅਸੀਂ ਉਹ ਮੁਫਤ ਦੇ ਕੁਕਰਾਂ ਦੇ ਲਈ ਆਪਣੀ ਜਾਨ ਨੂੰ ਵੀ ਜੋਖਮ ਦੇ ਵਿੱਚ ਪਾ ਰਹੇ ਹਾਂ ਵੀ ਜੇ ਕਿਤੇ ਕਿਸੇ ਨੂੰ ਕਰੋਨਾ ਹੋ ਗਿਆ ਇਹ ਲਾਗ ਅੱਗੇ ਤੋਂ ਅੱਗੇ ਫੈਲ ਗਈ ਤੇ ਫਿਰ ਉਦੋਂ ਵੱਧ ਤੁਸੀਂ ਦਵਾਈਆਂ ਤੇ ਲਾ ਪੈਣੇ ਨੇ ਮੰਨਿਆ ਕਿ ਉਸ ਮੁਲਕ ਦੇ ਵਿੱਚ ਤੁਹਾਨੂੰ ਬਹੁਤ ਸਾਰੀਆਂ ਜਿਹੜੀਆਂ ਸੇਵਾਵਾਂ ਸਹੂਲਤਾਂ ਮਿਲਦੀਆਂ ਨੇ ਪਰ ਫੇਰ ਵੀ ਜਾਨ ਤੋਂ ਵੱਧ ਕੇ ਕੀਮਤੀ ਤਾਂ ਕੁਝ ਨਹੀਂ ਹੈ ਨਹੀ ਉਹ ਤਾਂ ਗੱਲ ਹੈਗੀ ਆ ਪਰ ਜੇਕਰ ਸਮਝਿਆ ਜਾਵੇ ਤਾਂ ਨਾ ਦੇਖੋ ਮੇਰੇ ਵਿੱਚ ਜਿਹੜੀ ਵੀ ਭੈੜ ਹੋਊਗੀ ਜਿਹਦੇ ਮੇਰੇ ਤੇ ਮਾੜੀ ਆਦਤ ਹੋਊਗੀ ਜਦੋਂ ਮੈਂ ਦਿੱਲੀ ਦੇ 에어ਪੋਰਟ ਤੋਂ ਚੜੂੰਗਾ ਤੇ ਮੇਰੇ ਨਾਲ ਹੀ ਜਾਊਗੀ ਨਾ ਹੁਣ ਇਹ ਤਾਂ ਹੈ ਨਹੀਂ ਵੀ ਉਹ ਮੈਂ ਜਹਾਜ਼ ਦੇ ਥੱਲੇ ਛੱਡ ਗਿਆ ਜਿਹੜੀ ਵੀ ਚੀਜ਼ ਮੇਰੇ ਤੇ ਚੰਗੀ ਦਾ ਮਾੜੀ ਆ ਉਹ ਮੇਰੇ ਨਾਲ ਜਾਊਗੀ ਸਫ਼ਰ ਕਰੂਗੀ ਉਹ ਜਿੱਥੇ ਮੈਂ ਰਹੂੰਗਾ ਉੱਥੇ ਜਾ ਕੇ ਵੀ ਮੈਂ ਉਹੋ ਜਿਹਾ ਹੀ ਹੋਊਗਾ ਸੋ ਅਸੀਂ ਹੈਗੇ ਇਹੋ ਜਿਹੇ ਜਦੋਂ ਕੀ ਕਰਗੇ ਜੀ ਬਿਲਕੁਲ ਸਹੀ ਸਾਰੇ ਨਹੀਂ ਇੱਕੋ ਜਿਹੇ ਪਰ ਕੁਝ ਕੁ ਲੋਕ ਆ ਜਿਹੜੇ ਸਾਡੇ ਭਾਈਚਾਰੇ ਦੇ ਵਿੱਚੋਂ ਜਿਹੜੇ ਕਿ ਸਾਰੀ ਕਮਿਊਨਿਟੀ ਦੇ ਉੱਤੇ ਸਾਰੇ ਭਾਈਚਾਰੇ ਦੇ ਉੱਤੇ ਸਵਾਲੀਆਂ ਨਿਸ਼ਾਨ ਪ ਜੀ ਸੋ ਕੈਲਗਰੀ ਤੋਂ ਪਿੱਛੇ ਜੇ ਇੱਕ ਹੋਰ ਖਬਰ ਆਈ ਸੀ ਦੋ ਤਿੰਨ ਬੀਬੀਆਂ ਚੋਰੀ ਸਾਗ ਤੋੜਦੀਆਂ ਫੜੀਆਂ ਗੀਆਂ ਗਈਆਂ ਸੀ ਹੁਣ ਮੁਫਤ ਦੇ ਕੁੱਕਰ ਹਾਂ ਹੁਣ ਚਾੜਾਂਗੇ ਉਧਰ ਪਹਿਲਾਂ ਸਾਗ ਤੋੜਿਆ ਸੀ ਹੁਣ ਕੁੱਕਰ ਮਿਲ ਗਏ ਕੱਲ ਨੂੰ ਆਪਾਂ ਪਾਲਕ ਵੀ ਤੋੜਨਾ ਨਾ 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 ਆਪਾਂ ਬਾਥੂ ਵੀ ਲੈ ਕੇ ਆੜਾ ਜੀ ਨਾ ਨੇ ਮੱਕੀ ਦਾ ਆਟਾ ਰੱਖਿਆ ਧਿਆਨ ਉਹ ਵੀ ਰੱਖਣ ਕੋਈ ਪਤਾ ਨਹੀਂ ਅਗਲੀ ਵਾਰੀ ਉਹਨਾਂ ਦੀ ਹੋ ਸਕਦੀ ਹੈ ਸੋ ਭਾਈ ਇਹ ਬੇਨਤੀ ਹੈ ਵੀ ਆਪਾਂ ਇਦਾਂ ਦੇ ਕੰਮ ਨਾ ਕਰਿਆ ਕਰਗੇ ਅਸੀਂ ਪੰਜਾਬੀਆਂ ਜਿਹੜੇ ਮਿਹਨਤ ਦੇ ਨਾਲ ਆਪਣੀ ਕਾਮਯਾਬੀ ਦੇ ਝੰਡੇ ਗੱਡੇ ਆ ਪਰ ਸਾਡੇ ਵਿੱਚੋਂ ਕੁਝ ਇੱਕ ਲੋਕ ਇਹ ਗੱਲ ਕਹਿੰਨੇ ਜੀ ਕਿ ਵਿਦਿਆਰਥੀਆਂ ਨੇ ਬਹੁਤ ਮਾੜਾ ਕੁਝ ਕੀਤਾ ਅਸੀਂ ਅਕਸਰ ਇਹ ਗੱਲ ਕਹਿੰਨੇ ਵਿਦਿਆਰਥੀਆਂ ਨੇ ਗੰਦ ਪਾਇਆ ਸਾਡੀਆਂ ਬੇਸਮੈਂਟਾਂ ਚ ਆ ਕੀਤਾ ਕੁਝ ਇੱਕ ਵਿਦਿਆਰਥੀ ਵੀ ਗਲਤ ਹੈਗੇ ਆ ਪਰ ਅਸੀਂ ਜੇ ਹੁਣ ਸਿਆਣੀ ਬਿਆਣੀ ਉਮਰ ਦੇ ਬੰਦਿਆਂ ਦੀ ਗੱਲ ਕਰਦੇ ਆ ਤਾਂ ਏਦਾਂ ਤਾਂ ਫਿਰ ਗੰਦ ਜਾ ਆਪਾਂ ਵੀ ਪਾਈ ਜਾਂਦੇ ਆ ਹਾਂ ਏਦਾਂ ਸਾਨੂੰ ਵੀ ਨਹੀਂ ਚਾਹੀਦਾ ਜੀ ਸਾਰਿਆਂ ਨੂੰ ਉਹੀ ਜਿੱਥੇ ਵੀ ਅਸੀਂ ਨਵਾਂ ਪੰਜਾਬ ਵਸਾਇਆ ਨਾ ਮਿਹਨਤ ਦੇ ਨਾਲ ਸਾਂ ਜੀਤਗੀ ਦੇ ਨਾਲ ਸੋਹਰਦਤਾ ਦੇ ਨਾਲ ਸੰਜਮ ਦੇ ਨਾਲ ਰਹਿਣਾ ਚਾਹੀਦਾ ਇਹ ਜਿਹੜੀ ਮੁਫਤ ਦੇ ਵਿੱਚ ਕੁੱਕਰ ਮਿਲ ਗਿਆ ਤਾਂ ਛਿਤਰੋ ਛਿਟਰੀ ਹੋ ਜੀਏ ਫਿਰ ਪੁਲਿਸ ਆ ਕੇ ਸਮਝਾਉਂਦੀ ਹੈ ਵੀ ਜਾਓ ਪਲੀਸ ਕੁੱਕਰੀ ਆ ਦੇਖੋ ਕੋਹੇ ਨੂਰ ਹੀਰਾ ਨਹੀਂ ਗੱਲ ਬਿਲਕੁਲ ਮੁੜ ਕੇ ਦੁਕਾਨ ਵਾਲੇ ਵੀ ਸੋਚਦੇ ਹੋਣਗੇ ਵੀ ਕਿਹੜੀ ਕੜੀਏ ਅਨਾਉਂਸਮੈਂਟ ਕਰ ਦਿੱਤੀ ਸੀ ਹੋ ਸਕਦਾ ਉਸ ਬੰਦੇ ਨੂੰ ਲੱਭਦੇ ਹੋਣ ਜਿਹਨੇ ਸਲਾਹ ਦਿੱਤੀ ਹੋਵੇ ਕਿ ਇਹ ਇਹ ਕਿਹਾ ਸੀ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਪਿੱਛੇ ਜੇ ਨਾ ਮਾਲਵੇ ਦੇ ਇੱਕ ਪਿੰਡ ਦੇ ਵਿੱਚ ਮੁਫਤ ਦੀਆਂ ਦਵਾਈਆਂ ਵੰਡੀਆਂ। ਉਹ ਜਿਹੜੀ ਹਰੇ ਪੱਤੇ ਵਾਲੀ ਗੋਲੀ ਨਹੀਂ ਹੁੰਦੀਗੀ। ਜਿਹੜੀ ਤੇਰਦਰਦ ਕੋਈ ਵੀ ਦਰਦ ਹੋਵੇ। ਉਹ ਕਹਿੰਦੇ ਹੁੰਦੇ ਜਿਹੜੀ ਬਸ ਅਡੇ ਦੇ ਵਿੱਚ ਵੀ ਹੁੰਦੀਆਂ ਨਾ ਦਵਾਈਆਂ ਇਹ ਤੇ ਭਾਈ ਤੁਹਾਡਾ ਸਿਰ ਦਾ ਦਰਦ ਦਾ, ਗੋਡੇ ਦਾ ਦਰਦ ਦਾ, ਮੋਢੇ ਦਾ ਦਰਦ ਦਾ, ਪਿੰਡੇ ਦਾ ਦਰਦ ਦਾ ਆ ਗੋਲੀ ਖਾਓ ਤੇ ਬਸ ਟਣਾ ਟਣ ਹੋ ਜਾਓ। ਜੀ ਉਹ ਜੀ ਭਾਈ ਵੰਡਣ ਦੇ ਲਈ ਆਏ। ਲਓ ਜੀ ਜਿਹੜਾ ਕਦੇ ਨਹੀਂ ਕੁਛ ਦੁਖਿਆ ਉਹ ਵੀ 20 ਪੱਤੇ ਲੈ ਗਿਆ। ਉਹ ਕਿਸੇ ਨੇ ਪੁੱਛਿਆ ਦੂਜੇ ਨੂੰ ਕਹਿੰਦਾ ਤੇਰਾ ਕੋਈ ਦੁਖਦਾ ਕਦੇ ਤਾਂ ਦੁਖੂਗਾ। ਉਹੀ ਗੱਲ ਹੈ ਕਰੇ ਦਾ ਸਾਖ ਬਿੜਾਵਾਂਗੇ ਉੱਪਰ ਲੈ ਚਲਗੇ ਅਸਾਂ ਸਭ ਅੱਜਕੱਲ ਤੁਸੀਂ ਵੇਖਿਆ ਹੋਵੇਗਾ ਸੋਸ਼ਲ ਮੀਡੀਆ ਦੇ ਉੱਪਰ ਨਾ ਬਹੁਤ ਸਾਰੀਆਂ ਤਸਵੀਰਾਂ ਵਾਇਰਲ ਹੁੰਦੀਆਂ ਨੇ ਲੋਕੀ ਤਸਵੀਰਾਂ ਆਪਣੀਆਂ ਖਿੱਚ-ਖਿੱਚ ਕੇ ਪਾਉਂਦੇ ਨੇ ਸਾਈਕਲਾਂ ਦੇ ਉੱਤੇ ਹੂੰ ਕੋਈ 4-5 ਜਣਿਆਂ ਦਾ ਜਿਹੜਾ ਗਰੁੱਪਾ ਕਹਿ ਲੋ ਵੀ ਮੰਡਲੀ ਹੈ ਹੈਨਾ ਦੋਸਤ-ਸਮਿੱਤਰ ਮਿਲ ਕੇ ਉਹ ਸਾਈਕਲ ਚਲਾਉਣ ਜਾਂਦੇ ਨੇ ਕਿਤੇ ਦੋ-ਤਿੰਨ ਜਣੇ ਜਾਂਦੇ ਨੇ ਕਿਤੇ ਕੋਈ ਇਕੱਲਾ ਹੀ ਤੁਰਿਆ ਹੋਇਆ ਹੈ ਅੱਜਕੱਲ ਲੋਕਾਂ ਦੇ ਵਿੱਚ ਸਾਈਕਲ ਚਲਾਉਣ ਦਾ ਰੁਝਾਨ ਜਿਹੜਾ ਬਹੁਤ ਜ਼ਿਆਦਾ ਵੱਧ ਰਿਹਾ ਮੇਰੇ ਵਿੱਚ ਵੀ ਆ ਆ ਦੇਖੋ ਮਗਰਲੇ ਪਾਸੇ ਖੜਾ ਇਹਨੂੰ ਲੈ ਕੇ ਜਾਣਾ ਤੁਸੀਂ ਅੱਜ ਮੇਰੀ ਮਰਜ਼ੀ ਸਾਈਕਲ ਮੇਰਾ ਇਹ ਤਾਂ ਹੈ ਪਰ ਤੁਸੀਂ ਕਹੋਗੇ ਵੀ ਅੱਜ ਮੈਂ ਲੈ ਜਾ ਕੱਲ ਨੂੰ ਕਹੋਗੇ ਤੁਹਾਡੀ ਪੱਖੀ ਲੈ ਕੇ ਲੈ ਜਾਣੀ ਹੈ ਨਹੀਂ ਤੁਹਾਡੀ ਆਪਣੀ ਪੱਖੀ ਹੈ ਮੇਰੀ ਆਪਣੀ ਪੱਖੀ ਹੈ ਇੱਧਰ ਨਹੀਂ ਨਿਗਾ ਰੱਖਣੀ ਕਹਿਣ ਦਾ ਭਾਵ ਇਹ ਹੈ ਜੀ ਕਿ ਅਸੀਂ ਸਾਈਕਲ ਚਲਾ ਗਏ ਜੀ ਸਾਡੀ ਮਰਜ਼ੀ ਹੂੰ ਅਸੀਂ ਸਾਈਕਲ ਮਗਰ ਖੜਾ ਕੀਤਾ ਮੈਨੂੰ ਕਈ ਸੱਜਣ ਕਹਿੰਗੇ ਇਹਨੂੰ ਸਾਈਕਲ ਨੂੰ ਹਲਾ ਵੀ ਲਓ ਜੀ ਮੈਂ ਕਿਹਾ ਵੀ ਅਪਰ ਦੇਖਾਂਗੇ ਹੂੰ ਜਦੋਂ ਸਾਡਾ ਦਿਲ ਕਰੂਗਾ ਅਸੀਂ ਸਾਈਕਲ ਹਲਾਵਾਂਗੇ ਵੀ ਟੱਲੀ ਵਜਾਵਾਂਗੇ ਵੀ ਜੀ ਅਸੀਂ ਗਾਣਾ ਵੀ ਚਲਾਵਾਂਗੇ ਬਹਿ ਜਾ ਮੇਰੇ ਸਾਈਕਲ ਤੇ ਮੈਂ ਟੱਲੀਆ ਵਜਾਵਾਂਗਾ ਜਾ ਲਿਆ ਜਾਂਦਾ ਜਾ ਹਾਂ ਦੂਜੀ ਗੱਲ ਇਹ ਆ ਕਿ ਜਦੋਂ ਆ ਤਾਲਾਬੰਦੀ ਹੋਈ ਹੈ ਨਾ ਜੀ ਇਹਨਾਂ 3-4 ਮਹੀਨਿਆਂ ਦੇ ਵਿੱਚ ਪੰਜਾਬ ਦੇ ਵਿੱਚ ਸਾਈਕਲਾਂ ਦੀ ਮੰਗ ਬੇਹੱਦ ਵਧ ਗਈ ਉਦੋਂ ਤਾਂ ਜਿਮ ਬੰਦ ਹੋ ਗਏ ਉਧਰੋਂ ਆਉਣ ਜਾਣ ਦੇ ਸਾਧਨ ਜਿਹੜੇ ਬੰਦ ਹੋਏ ਪਏ ਆ ਆਟੋ ਬੰਦ ਹੋਏ ਪਏ ਆ ਕੋਈ ਟੈਂਪੋ ਨਹੀਂ ਜਾਂਦਾ ਕੋਈ ਛਕੜਾ ਨਹੀਂ ਜਾਂਦਾ ਫਿਰ ਇਸ ਕਰਕੇ ਬੰਦਾ ਸਾਈਕਲ ਤੇ ਨਰਪਰ ਹੋ ਗਿਆ ਟੈਂਪੋ ਨਹੀਂ ਜਾਂਦਾ ਕੋਈ ਛਕੜਾ ਨਹੀਂ ਜਾਂਦਾ ਉਹ ਕੀ ਹੁੰਦਾ ਛਕੜਾ ਜੇਕਰ ਤੁਸੀਂ ਮਾਲਵੇ ਦੇ ਵਿੱਚ ਜਾਓ ਫਿਰ ਤੁਹਾਨੂੰ ਪਤਾ ਲੱਗੇ ਜਿਹਨੂੰ ਕੜੁੱਕਾ ਵੀ ਕਹਿ ਦਿੰਦੇ ਆ ਆ ਅੱਛਾ ਭੂੰਡ ਵੀ ਕਹਿੰਦੇ ਆ ਕੜੁੱਕਾ ਵੀ ਕਹਿੰਦੇ ਆ ਤੁਹਾਡੇ ਭੂੰਡ ਕਹਿੰਦੇ ਹੋਣਗੇ ਸਾਡੇ ਭੂੰਡ ਸਿਰਫ ਉਹਨੂੰ ਕਹਿੰਦੇ ਜਿਹੜਾ ਅੱਖ ਤੇ ਲੜਦਾ ਨਹੀਂ ਨਹੀਂ ਦਾਣਾ ਸਾਹਿਬ ਉਹਨੂੰ ਨਾ ਭੂੰਡ ਵੀ ਕਹਿੰਦੇ ਆ ਉਹਨੂੰ ਕੜੁੱਕਾ ਵੀ ਕਹਿੰਦੇ ਆ ਤੇ ਉਹਨੂੰ ਕੀ ਛਕੜਾ ਛਕੜਾ ਵੀ ਕਹਿੰਦੇ ਆ ਉਹ ਵੀ ਤੁਸੀਂ ਗੱਲ ਦਾ ਸੱਤਿਆਨਾਸ਼ ਕਰਨਾ ਸੀ ਤੁਸੀਂ ਸਫਲਤਾਪੂਰਵਕ ਕਰ ਚੁੱਕੇ ਆ ਹੁਣ ਮੈਂ ਅੱਗੇ ਵਧਦਾ ਉਹ ਇਹ ਅਸਲ ਦੇ ਵਿੱਚ ਵੀ ਜਦੋਂ ਹੁਣ ਸਾਈਕਲ ਮਹਿੰਗੇ ਬੜੇ ਹੋ ਗਏ ਹਾਂਜੀ ਮੈਂ ਜਦੋਂ ਜਲੰਧਰ ਦੇ ਵਿੱਚ ਪਹਿਲੀ ਵਾਰ ਆਇਆ ਹੂੰ ਤੇ ਮੈਂ ਇੱਥੇ ਸਾਈਕਲ ਲਿਆ ਸੀਗਾ ਉਦੋਂ ਮੇਰੇ ਖਾਲ 17-18000 ਰੁਪਏ ਦੇ ਦਾ ਉਹ ਮੈਂ ਚਾਰ ਕਿਸ਼ਤਾਂ ਦੇ ਉੱਤੇ ਲਿਆ ਸੀਗਾ ਹੁਣ ਪਤਾ ਲੱਗਦਾ ਸਾਈਕਲ ਹੀ 20000 ਰੁਪਏ ਦਾ ਜੀ ਉਹ ਅੱਜ ਕੱਲ ਸਾਈਕਲ ਉਹ ਨਹੀਂਗੇ ਵੀ ਜਿਹੜਾ ਮਗਰ ਕਾਠੀ ਲੱਗੀ ਆ ਉੱਥੇ ਤੁਸੀਂ ਪੰਡ ਰੱਖ ਲਓ ਪੱਠਿਆ ਦੀ ਅੱਜ ਕੱਲ ਹੈਗੇ ਹੋਰ ਫੈਂਸੀ ਜੇ ਆ ਗੇਰਾਂ ਜਿਆਂ ਵਾਲੇ ਆ ਗੇਰਾਂ ਜਿਆਂ ਵਾਲੇ ਗੇਰਾਂ ਵਾਲਾ ਬੜਾ ਮਹਿੰਗਾ ਜੀ ਸਾਡੇ ਇੱਕ ਜਾਣਕਾਰ ਨੇ ਹੁਣੇ-ਹੁਣੇ ਸਾਈਕਲ ਲਿਆ 18000 ਰੁਪਏ ਦਾ ਮੈਂ ਤਾਂ ਹੈਰਾਨ ਹੀ ਹੋ ਗਈ ਉਹਦੀ ਕੀਮਤ ਸੁਣ ਕੇ ਇਹਨੇ ਹੋਰ ਪਾ ਕੇ ਅਧੋਰ ਵਾਲਾ ਮੋਟਰਸਾਈਕਲ ਆ ਜਾਣਾ ਸੀ ਬਿਲਕੁਲ ਸਹੀ ਗ ਕਿਲ ਕਾਰੋਬਾਰਾ ਵੇਸੜੇ ਸਿਖਰ ਦੇ ਉੱਪਰ ਪਹੁੰਚਿਆ ਹੋਇਆ ਹੈ ਵੈਸੇ ਤਾਂ ਭਾਰਤ ਦੇ ਵਿੱਚ ਹਰ ਸਾਲ ਜਿਹੜੇ 2 ਕਰੋੜ 20 ਲੱਖ ਸਾਈਕਲ ਜਿਹੜੇ ਨੇ ਉਹਦਾ ਉਤਪਾਦਨ ਹੁੰਦਾ ਹੈ ਜਿਹਦੇ ਚ 90% ਦੀ ਲੁਧਿਆਣੇ ਚ ਹੀ ਬਣਦੇ ਉਸ ਤੋਂ ਬਾਅਦ ਚ 90 ਦਿਨਾਂ ਦੇ ਵਿੱਚ ਲੁਧਿਆਣੇ ਦੇ ਵਿੱਚ 34 ਲੱਖ ਸਾਈਕਲ ਵਿਕੇ ਨੇ ਔਰ ਤੁਸੀਂ ਵੇਖੋ ਕਿ ਰੋਜ਼ 37000 ਸਾਈਕਲ ਜਿਹੜੇ ਉਹ ਵਿਕੇ ਨੇ ਔਰ ਇਹ ਅੰਕੜਾ ਜਿਹੜਾ 1 ਮਈ ਤੋਂ ਜੁਲਾਈ ਤੱਕ ਦਾ ਅੰਕੜਾ ਹੈ ਦੇਖੋ ਜੀ ਕਹਿਣ ਦਾ ਭਾਵ ਇਹ ਹੈ ਕਿ ਲੁਧਿਆਣੇ ਦੇ ਵਿੱਚ ਜਿਹੜੀ ਸਾਈਕਲ ਸੰਤਨਾ ਨਾ ਉਹ ਇਸ ਤਾਲਾਬੰਦੀ ਦੇ ਵਿੱਚ ਬਹੁਤ ਅੱਗੇ ਵਧੀ ਹੈ ਤੇ ਜਿਹੜੇ ਸਾਈਕ ਬੁੜੇ ਹੋਏ ਲੋਕ ਆ ਉਹ ਬਾਗੋ ਬਾਗ ਆ ਪਰ ਇੱਕ ਗੱਲ ਨੂੰ ਮਜੂਸ ਵੀ ਆ ਕਹਿੰਦੇ ਵੀ ਸਾਨੂੰ ਮਜ਼ਦੂਰ ਨਹੀਂ ਮਿਲਦੇ ਸਾਨੂੰ ਕੰਮੇ ਨਹੀਂ ਮਿਲ ਰਿਹਾ ਇਸ ਵੇਲੇ ਜਿੰਨਾ ਸਾਨੂੰ ਆਰਡਰ ਮਿਲਦਾ ਜਿੰਨਾ ਸਾਨੂੰ ਲਿਖਵਾਇਆ ਜਾਂਦਾ ਵੀ ਭਾਈ ਇੰਨਾ ਸਾਨੂੰ ਚਾਹੀਦਾ ਸਾਈਕਲ ਉਹਦਾ ਅਸੀਂ 50 ਤੋਂ ਲੈ ਕੇ 60% ਦੀ ਹਿੱਸਾ ਹੀ ਬਣਾ ਕੇ ਦੇ ਸਕਦੇ ਆ ਸਾਡੇ ਕੋਲੇ ਜੇਕਰ ਬੰਦੇ ਹੋਣਗੇ ਤਾਂ ਹੀ ਆ ਪਰ ਜਿਸ ਤਰੀਕੇ ਦੇ ਨਾਲ ਬੇ ਲੋਕਾਂ ਦੇ ਅੰਦਰ ਸਾਈਕਲ ਚਲਾਉਣ ਦੇ ਪ੍ਰਤੀ ਖਿੱਚ ਬੇ ਨਾ ਨਾ ਆ 10 ਕੁ ਕੁੜੀਆਂ ਜਾ ਰਹੀਆਂ ਇਧਰ ਸਾਈਕਲ ਤੇ ਆ 5-7 ਮੁੰਡੇ ਜਾ ਰਹੇ ਇਧਰ ਨੂੰ ਸਾਈਕਲ ਤੇ ਉਹ ਸਾਈਕਲ ਦੇ ਮੂਹਰੇ ਇੱਕ ਤਾਂ ਉਹਨਾਂ ਨੇ ਆ ਬੋਤਲ ਪਾਣੀ ਵਾਲੀ ਉਹ ਵੀ ਸਟੈਂਡ ਦਾ ਲੱਗਾ ਹੁੰਦੀ ਹੈ ਜੀ ਉਹ ਮੂਰੇ ਵੀ ਲਾਈਟ ਲੱਗੀ ਹੈ ਮਗਰਬੀ ਲਾਈਟ ਲੱਗੀ ਹੈ ਉਹਦੇ ਮੂਰੇ ਇੱਕ ਲੱਗਾ ਹੋਇਆ ਸ਼ਕੰਜਾ ਜਿਹਾ ਜਿਹਦੇ ਵਿੱਚ ਤੁਸੀਂ ਮੋਬਾਈਲ ਰੱਖ ਸਕਦੇ ਆ ਉਹ ਪੂਰਾ ਵੀ ਐ ਟਿੱਟਰ ਮਿੱਟਰ ਬਣ ਕੇ ਜਾਂਦੇ ਆ ਉਹ ਕੀ ਸਿਰ ਤੇ ਹੈਲਮਟ ਪਾ ਕੇ ਐਨ ਐਨ ਕਾ ਲਗਾ ਕੇ ਪੂਰੀ ਟੌਰ ਕੱਟ ਕੇ ਸਾਈਕਲ ਤੇ ਜਾਂਦੇ ਨੇ ਚੰਗੀ ਗੱਲ ਆ ਵੈਸੇ ਤਾਂ ਮੇਰਾ ਜੀ ਕਰਦਾ ਵੀ ਮੈਂ ਵੀ ਲੈ ਲਾਂ ਇਹ ਹਮ ਇਹ ਸਾਈਕਲ ਜੇ ਲੈ ਲਾਂ ਇੱਕ ਹੋਰ ਨਹੀਂ ਤਾਂ 11 ਵਾਲਾ ਜਿਨ੍ਹਾਂ ਵਾਲਾ ਲੈ ਲੈ ਮੈਂ ਨਾ ਮੈਂ ਪਿੰਡ ਨੂੰ ਪਾਲਿਆ ਕਰੂੰਗਾ ਮੈਂ ਵੀ ਵੈਸੇ ਇਹ ਸੋਚਦੀ ਸੀ ਇੱਕ ਦਿਨ ਕਿ ਸਾਈਕਲ ਤੇ ਆਇਆ ਕਰੀਏ ਵੈਸੇ ਨਾ ਟੈਨਾਸਾਂ ਮੈਨੂੰ ਇਹ ਲੱਗਣ ਲੱਗ ਗਿਆ ਕਿ ਲੋਕ ਜਿਹੜੇ ਨੇ ਇਹ ਹੌਲੀ-ਹੌਲੀ ਹੁਣ ਮੋੜਾ ਕੱਟਣ ਲੱਗ ਗਏ ਤੁਸੀਂ ਵੇਖੋ ਮਿੱਟੀ ਦੇ ਭਾਂਡਿਆਂ ਦਾ ਰੁਝਾਨ ਵੱਧ ਗਿਆ ਹੁਣ ਪਹਿਲਾਂ ਦੇ ਮੁਕਾਬਲੇ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਸਾਲ ਮਿੱਟੀ ਦੇ ਭਾਂਡਿਆਂ ਦਾ ਰੁਝਾਨ ਬਹੁਤ ਵਧਿਆ ਮੈਂ ਆਪ ਲੈ ਕੇ ਆਈਆਂ ਇੱਕ ਮਿੱਟੀ ਦੀ ਕੜਾਈ ਇੱਕ ਤੋੜੀ ਹੈਨਾ ਇਦਾਂ ਦੀਆਂ ਚੀਜ਼ਾਂ ਤੇ ਉੱਥੇ ਮੈਂ ਵੇਖਿਆ ਬੋਤਲਾਂ ਮਿੱਟੀ ਦੀਆਂ ਗਲਾਸ ਮਿੱਟੀ ਦੇ ਹੈਨਾ ਫਿਰ ਉਸ ਤੋਂ ਬਾਅਦ ਸਾਈਕਲਾਂ ਦੀ ਆਪਾਂ ਗੱਲ ਕਰ ਲਈਏ ਹੌਲੀ ਹੌਲੀ ਲੋਕ ਜਿਹੜੇ ਨੇ ਉਹ ਮੋੜਾ ਕੱਟ ਕੇ ਵਾਪਸ ਆ ਰਹੇ ਨੇ ਘਰਾਂ 'ਚ ਸਬਜ਼ੀਆਂ ਬੀਜਣ ਲੱਗ ਗਏ ਆਪਾਂ ਫਲ ਜਿਹੜਾ ਉਹ ਘਰ ਦੇ ਵਿੱਚ ਆਪਾਂ ਉਗਾਉਣ ਲੱਗ ਗਏ ਸੋ ਇਹ ਕੱਟਣਾ ਪੈਣਾ ਵੀ ਸੀ ਤੇ ਕੱਟ ਲਿਆ ਵੀ ਆਪਾਂ ਇਹ ਤਾਂ ਗੱਲ ਸਹੀ ਹੈ ਪਰ ਦੂਜਾ ਬੰਦਾ ਨਹੀਂ ਬਹਿ ਸਕਦਾ ਇਸ ਸਾਈਕਲ ਤੇ ਇਹ ਇੱਕੋ ਬੰਦੇ ਦੂਜਾ ਬੈਠੂਗਾ ਕਿ ਸਾਈਕਲ ਟੁੱਟ ਜਾਊਗਾ ਹਾਂ ਤੇ ਉਹਨੂੰ ਆਪਣਾ ਲੈਣਾ ਚਾਹੀਦਾ ਉਹਨੂੰ ਆਪਣਾ ਲੈਣਾ ਚਾਹੀਦਾ ਹਲਮਟ ਵੀ ਲਓ ਜੀ ਪਰ ਇੱਕ ਗੱਲ ਹੋਰ ਵੀ ਆ ਵੀ ਵਿਦੇਸ਼ਾਂ ਦੇ ਵਾਂਗੂ ਇੱਥੇ ਐਂ ਜਿ ਝੁੱਕ ਕੇ ਨਾ ਬਿਲਕੁਲ ਚਲਾਓ ਐਂ ਕਰੀ ਜਾ ਐਂ ਚਲਾ ਗਿਆ ਆਪਾਂ ਮੂਰੇ ਪਤਾ ਨਹੀਂ ਕੀ ਆਉਂਦਾ ਪੂਰੇ ਪੁੱਤਾਂ ਵੀ ਆਉਂਦਾ ਹੈ ਮੂਰੇ ਟੋਵਾ ਵੀ ਆਉਂਦਾ ਹੈ ਮੂਰੇ ਗਾਂ ਵੀ ਆਉਂਦੀ ਹੈ ਪੂਰੇ ਗਾਂ ਵੀ ਆਉਂਦੀ ਹੈ ਇਸ ਕਰਕੇ ਭਾਈ ਬ੍ਰੇਕ ਦੇ ਉੱਤੇ ਹੱਥ ਓਨੀ ਜ਼ੋਰਦਾਰ ਰੱਖਣਾ ਜਿੰਨੀ ਜ਼ੋਰ ਦੀ ਅਸੀਂ ਪੈਡਲ ਤੇ ਪੈਰ ਰੱਖਿਆ ਬਿਲਕੁਲ ਸਹੀ ਕਹਿ ਤੁਸੀਂ ਹਾਂ ਪਰ ਮੈਨੂੰ ਇੱਕ ਗੱਲ ਚਿੱਤੇ ਆ ਗਈ ਕਹਿੰਦੇ ਵੀ ਇੱਕ ਵਾਰੀ ਇੱਕ ਬੰਦਾ ਕੰਜੂਸ ਬ ਤੇ ਉਹਨੂੰ ਨਾ ਰਾਹ ਦੇ ਵਿੱਚ ਸੈਰ ਕਰਦੇ ਨੂੰ ਪੈਡਲ ਲੱਭ ਗਿਆ। ਅੱਛਾ ਜੀ। ਕਹਿੰਦਾ ਭਾਗਵਾਨੀ ਆਹ ਪੈਡਲ ਸੰਭਾਲ ਕੇ ਰੱਖਦੇ ਸੰਦੂਕ 'ਚ। ਹੂੰ। ਕਹਿੰਦੀ ਕਿਉਂ? ਕਹਿੰਦਾ ਵੀ ਪੈਡਲ ਲੱਭ ਗਿਆ ਜਦੋਂ ਪੈਸੇ ਆਗੇ ਵਿੱਚ ਸਾਈਕਲ ਭਾਵਾਂਗੇ। ਚੰਚ ਦਾ ਮੀਚਾ। ਤੇ ਉਹ ਅਗਲੀ ਖਬਰ ਵਾਲ ਵਧੀਆ ਟਾਣਾ ਸਾਹਿਬ। ਬਿਲਕੁਲ ਜੀ ਬਿਲਕੁਲ। ਆ ਥੋੜੇਕ ਸਮੇਂ ਪਹਿਲਾਂ ਤੁਸੀਂ ਪੈਂਟ 'ਚ ਕੀ ਵੇਖ ਰਹੇ ਸੀ? ਦੇਖੋ ਮੈਂ ਨਾ ਵੇ ਨਾ ਅਭੀ ਆ ਪੈਂਟ ਦੇ ਡੇ ਧਾਗੇ ਆ ਨਾ। ਹਾਂਜੀ। ਇਹ ਨਿਕਲਨੇ ਸ਼ੁਰੂ ਹੋ ਗਏ ਆ। ਹਾਂਜੀ। ਜਦੋਂ ਕਿਤੇ ਚਾਰ ਪੈਸੇ ਆਗੇ ਨਾ ਉੱਤੇ ਟਾਕੀ ਲਵਾਉਣੀ ਆਪਾਂ। ਨਾਲੇ ਨਵਾਂ ਡਿਜ਼ਾਈਨ ਨਾਲੇ ਪਰਦਾ ਕੱਜ ਜਾਊਗਾ ਅੱਛਾ ਜੀ ਅੱਛਾ ਜੀ ਮਤਲਬ ਇਹ ਟਾਕੀ ਫਿਰ ਇੱਕ ਨਹੀਂ ਕਈ ਲੱਗਣਗੀਆਂ ਕਿਉਂਕਿ ਇਧਰੋਂ ਵੀ ਛਲਿਆ ਕਈ ਲਵਾਂ ਲਾਂਗੇ ਜੀ ਪਹਿਲਾਂ ਸਬੂਤੀ ਲੈ ਲੈਂਦੇ ਨਹੀਂ ਨਹੀਂ ਪਹਿਲਾਂ ਦੇਖੋ ਮੈਂ ਵੀ ਆਖਿਆ ਵੀ ਚਲੋ ਮੁੰਡਿਆਂ ਜਿਹੀ ਗੱਲ ਕਰ ਲਈਏ ਪਰ ਹੁਣ ਮੈਨੂੰ ਲੱਗਦਾ ਵੀ ਜ਼ਿਆਦਾ ਮੁੰਡਿਆਂ ਵਾਲੀ ਹੈ ਕੋਈ ਗੱਲ ਨਹੀਂ ਚਲੋ ਟਾਣਾ ਸਾਹਿਬ ਕਦੀ ਮੁੰਡਾ ਵੀ ਬਣਨਾ ਚਾਹੇ ਉਹ ਜਦੋਂ ਪੌਣੇ ਆ ਨਾ ਵਿੱਚ ਦੇ ਗੁੱਠਾ ਫੜ ਜਾਂਦਾ ਕਰ ਵਾ ਪੰਜ ਸੱਤ ਧਗੇ ਤੋੜਦੇ ਆ ਕਰਕੇ ਆਏ ਆ ਕਰਕੇ फसा हाँ फस <laughs> हां भी, <laughs> भी एक कला है हाँ जी हम कमर वाली कहना साहब ਫਾਜ਼ਿਲ ਖਾਲੀ ਖਬਰ ਸਾਂਝੀ ਕਰਦੇ ਆ ਕਰੋ ਜੀ ਕਹਿੰਦੇ ਫਰਜ਼ੀ ਜਿਹੜਾ ਆਈ ਡੀ ਕਾਰਡ ਉਹ ਅੱਛਾ ਫਰਜ਼ੀ ਆਈ ਕਾਰਡ ਡੀ ਐਸ ਪੀ ਦਾ ਲੱਗ ਤਸੀਂ ਦਾਸ ਲੋਟਾਣਾ ਸਾਹਿਬ ਮੈਂ ਤੁਹਾਡਾ ਫੋਟੋ ਡੀ ਐਸ ਪੀ ਸਾਹਿਬ ਆਇਆ ਹਾਜ਼ਰ ਕਾਡੇ ਵਿੱਚ ਕਹਿੰਦੀ ਐਸਪੀ ਸਾਹਿਬ ਆ ਰਾਜਕੁਮਾਰ ਸਾਮਾ ਜੀ ਉਹਨਾਂ ਦੀ ਜਿਹੜੀ ਐ ਫੇਸਬੁੱਕ ਆਈਡੀ ਫੇਸਬੁੱਕ ਖਾਤਾ ਜਿਹੜਾ ਉਹ ਹੈਕਰਜ਼ ਨੇ ਹੈਕ ਕਰ ਲਿਆ ਜੀ ਅੱਜ ਕੱਲ ਵੈਸੇ ਵੀ ਨਾ ਇੱਕ ਧਿਆਨ ਰੱਖਣ ਵਾਲੀ ਗੱਲ ਆ ਵੀ ਜਿਹੜੇ ਲੋਕ ਮਸ਼ਹੂਰ ਆ ਜਾਂ ਜਿਹੜੇ ਲੋਕਾਂ ਦੀ ਪ੍ਰੋਫਾਈਲ ਚੰਗੀ ਆ ਜਿਹਦੇ ਵਿੱਚ ਲੋਕ ਮਿੱਤਰ ਚੰਗੇ ਜੁੜੇ ਆ ਉਹਨਾਂ ਦੇ ਨਾਂ ਦੇ ਉੱਤੇ ਇੱਕ ਫਰਜ਼ੀ ਆਈਡੀ ਕੋਈ ਹੋਰ ਬੰਦੇ ਬਣਾ ਲੈਂਦੇ ਆ ਫਿਰ ਉਹ ਤੁਹਾਡੇ ਮਿੱਤਰ ਆ ਜਿਹੜੇ ਉਹਨਾਂ ਸਾਰਿਆਂ ਨੂੰ ਸੁਨੇਹਾ ਭੇਜਦੇ ਮਿੱਤਰਤਾ ਦਾ ਜੀ ਬੰਦਾ ਇਹ ਸੋਚਦਾ ਮੰਨ ਲਓ ਵੀ ਮੈਨੂੰ ਤੁਹਾਡਾ ਸੁਨੇਹਾ ਆਵੇ ਮੈਂ ਸੋਚੂਗਾ ਵੀ ਚਲੋ ਇਹਨਾਂ ਦੀ ਪਹਿਲੀ ਜਿਹੜੀ ਉਹਨੂੰ ਕੋਈ ਸਮੱਸਿਆ ਆ ਗਈ ਜਾਂ 5000 ਮਿੱਤਰ ਪੂਰਾ ਹੋ ਗਿਆ ਇਹਨੇ ਨਵੀਂ ਬੜਾ ਲਈ ਹੋਣੀ ਆ ਮੈਂ ਤੁਹਾਡੀ ਫਰੈਂਡ ਰਿਕੁਐਸਟ ਹੈ ਜਿਹੜੀ ਐਕਸੈਪਟ ਕਰ ਲੈਣਾ ਆਏ ਹੈ ਉਸ ਤੋਂ ਬਾਅਦ ਮਿੱਤਰ ਬਣ ਗਏ ਤੇ ਫਿਰ ਉਹ ਬੰਦੇ ਉਹਨੂੰ ਠਗਣਾ ਸ਼ੁਰੂ ਕਰ ਦਿੰਦੇ ਵੀ ਭਾਈ ਤੁਹਾਡਾ ਇੱਕ ਦੋਸਤ ਆ ਤੇ ਉਹਦੀ ਮਾਤਾ ਬਿਮਾਰ ਆ ਤੇ 5000 ਰੁਪਏ ਦੀ ਲੋੜ ਆ ਤੇ ਇਸ ਖਾਤੇ 'ਚ ਪਾ ਦਿਓ ਬੰਦਾ ਇਹ ਕਹਿੰਦਾ ਵੀ ਚਲੋ ਮੇਰਾ ਮਿੱਤਰ ਆ ਤੇ ਮੇਰੀ ਫੇਸਬੁੱਕ ਆਈਡੀ ਦੇ ਵਿੱਚ ਵੀ ਹੈ ਤੇ ਇਸ ਕਰਕੇ ਚਲੋ ਕੋਈ ਗੱਲ ਨਹੀਂ ਸੋ ਪਰ ਇਦਾਂ ਦੀਆਂ ਗੱਲਾਂ ਜਿਹੜੀਆਂ ਨਾ ਉਹ ਗਲਤ ਹੈਗੀਆਂ ਤੇ ਰਾਜਕੁਮਾਰ ਸਾਮਾ ਹੋਰਾਂ ਦੇ ਨਾਲ ਇਹੀ ਕੁਝ ਹੋਇਆ ਜੀ ਉਹਨਾਂ ਦੀ ਇੱਕ ਨਕਲੀ ਫੇਸਬੁੱਕ ਆਈਡੀ ਬਣਾਈ ਜੀਐਸਪੀ ਦੀ ਤੇ ਬਾਅਦ ਦੇ ਵਿੱਚ ਇਹ ਗੱਲ ਕਹੀ ਗਈ ਵੱਖ-ਵੱਖ ਦੋਸਤਾਂ ਨੂੰ ਕਿ ਭਾਈ ਫਲਾਣੀ ਥਾਂ ਦੇ ਉੱਤੇ ਇੱਕ ਔਰਤ ਬਿਮਾਰ ਹੈ 10000 ਰੁਪਏ ਦੀ ਲੋੜ ਆ ਕਿਸੇ ਤੋਂ 2000 ਮੰਗ ਲਿਆ ਕਿਸੇ ਤੋਂ 5000 ਰੁਪਏ ਮੰਗ ਲਿਆ ਪਰ ਇੱਕ ਦੋਸਤ ਨੇ ਫੋਨ ਕਰ ਲਿਆ ਡੀਐਸਪੀ ਨੂੰ ਹੂੰ ਉਹ ਡੀਐਸਪੀ ਨੇ ਕਿਹਾ ਜੀ ਮੈਂ ਤਾਂ ਕਦੇ ਕੁਛ ਕਿਹਾ ਹੀ ਨਹੀਂਗਾ ਮੈਂ ਤਾਂ ਕੋਈ ਮੰਗ ਰੱਖੀ ਨਹੀਂਗੀ ਨਾ ਹੀ ਮੈਂ ਕਿਸੇ ਨੂੰ ਸੁਨੀਹਾ ਭੇਜਿਆ ਇਹੋ ਜਾਂ ਹੌਲੀ-ਹੌਲੀ ਇਹ ਵਿੱਚੋਂ ਪੂਰੀ ਗੱਲ ਖੁੱਲੀ ਆ ਵੀ ਝਾਰਖੰਡ ਦਾ ਇੱਕ ਹੈਕਰਜ਼ ਆ ਗਰੁੱਪ ਤੇ ਉਹਦੇ ਵੱਲੋਂ ਇਹ ਸਾਰਾ ਕੁਝ ਕੀਤਾ ਜਾਂਦਾ ਸੋ ਵਿਚਾਰੇ ਵਿੱਚ ਭਾਈ ਬਚਾ ਜੀ ਬਿਲਕੁਲ ਇਹ ਹੈ ਨਾ ਤੁਹਾਨੂੰ ਗਾਹੇ ਬਗਾਹੇ ਜ਼ਰੂਰ ਲੱਭਦੇ ਰਹਿਣਾ ਚਾਹੀਦਾ ਫੇਸਬੁੱਕ ਦੇ ਉੱਪਰ ਇੰਸਟਾਗ੍ਰਾਮ ਦੇ ਉੱਪਰ ਜਾਂ ਹੋਰ ਜਿੰਨੀਆਂ ਵੀ ਸੋਸ਼ਲ ਨੈਟਵਰਕਿੰਗ ਸਾਈਟਸ ਨੇ ਵੀ ਕਿਤੇ ਤੁਹਾਡੇ ਨਾਂ ਦੇ ਉੱਪਰ ਕੋਈ ਫਰਜ਼ੀ ਖਾਤਾ ਤਾਂ ਨਹੀਂ ਚੱਲ ਰਿਹਾ ਜਾਂ ਕੋਈ ਹੋਰ ਤਾਂ ਨਹੀਂ ਤੁਸੀਂ ਬਣ ਕੇ ਕਿਸੇ ਹੋਰ ਨਾਲ ਗੱਲਾਂ ਕਰ ਦਿੰਦੇ ਔਰ ਜੇਕਰ ਕਿਸੇ ਨੂੰ ਕੋਈ ਸੁਨੇਹਾ ਆਵੇ ਤਾਂ ਪਹਿਲਾਂ ਅਗਲੇ ਬੰਦੇ ਨਾਲ ਫੋਨ ਦੇ ਉੱਪਰ ਗੱਲਬਾਤ ਕਰਕੇ ਤਾਂ ਜ਼ਰੂਰ ਜਿਹੜੀ ਪੁੱਛ ਪੜਤਾਲ ਹੈ ਉਹ ਕਰ ਲੈਣੀ ਚਾਹੀਦੀ ਹੈ ਉਸ ਤੋਂ ਬਾਅਦ ਚ ਹੀ ਪੈਸੇ ਜਿਹੜੇ ਆਉ ਉਹ ਇੱਕ ਇਹ ਤਾਂ ਕੋਈ ਪਤਾ ਨਹੀਂ ਲੱਗਦਾ ਵੀ ਅੱਜ ਕੱਲ ਕੀ ਕੁਝ ਹੋ ਜਾਂਦਾ ਨਕਲੀ ਖਾਤੇ ਭਾਈ ਇੰਨੇ ਬਣ ਰਹੇ ਆ ਫੇਸਬੁੱਕ ਤੇ ਮੇਰੇ ਨਾਂ ਦੇ ਉੱਤੇ ਦੋ ਖਾਤੇ ਬਣੇ ਪਏ ਅੱਛਾ ਜੀ ਇੱਕ ਤਾਂ ਬਿਲਕੁਲ ਲੀਰਾ ਦਾ ਗੁੱਗੂ ਜਿਹੜਾ ਉਹ ਨਾ ਐਂਜ ਐਂਜ ਕਰਕੇ ਆ ਮੁੱਛਾਂ ਉਹਦੀਆਂ ਇਦਾਂ ਐਂ ਕਰਕੇ ਉਸ ਵਾਰੰਟਾ ਨਾ ਬਣਿਆ ਬੈਠਾ ਓਏ ਹੋਏ ਮੈਂ ਕਈ ਸੱਤ ਦਿਨ ਤੋਂ ਰਿਪੋਰਟ ਕਰਵਾਈ ਮੈਂ ਕਿਹਾ ਉਹ ਮੁੱਛਾਂ ਦੇ ਭਾਰ ਥੱਲੇ ਆ ਕੇ ਮਰਨ ਵਾਲੇ ਇਨਸਾਨਾ ਤੂੰ ਮੇਰੇ ਨਾਂ ਦੇ ਉੱਤੇ ਕਿਉਂ ਬਣਾਈ ਆ ਅੱਗੋਂ ਕੁਝ ਨਹੀਂ ਹੈਗਾ ਹੋਂਦਾ ਅੱਛਾ ਜੀ ਉਹ ਜਵਾਬ ਹੀ ਨਹੀਂ ਦਿੰਦਾ ਵੈਸੇ ਇੰਸਟਾਗ੍ਰਾਮ ਤੇ ਵੀ ਆਪ ਜੀ ਦਾ ਨਾਟਕ ਫੈਨ ਪੇ ਇੰਸਟਾਗ੍ਰਾਮ ਤੇ ਹਾਂਜੀ ਮੈਂ ਇਹ ਤਾਂ ਬਣਾਉਣਾ ਹੀ ਨਹੀਂ ਉਹਦਾ ਮੈਂ ਕੱਲ ਵੇਖਿਆ ਤੈਣਾ ਸਾਹਿਬ ਸਵਨ ਤੈਣਾ ਤੇ ਸੁਖ ਨਾਲ ਜਿਹੜੀ ਤੁਸੀਂ ਆਪਣੇ ਵਟਸਐਪ ਦੇ ਉੱਪਰ ਤਸਵੀਰ ਲਗਾਈ ਹੋਈ ਐ ਉਹੀ ਤਸਵੀਰ ਉੱਥੇ ਵੀ ਲੱਗੀ ਹੋਈ ਐ ਉਹ ਮੇਰੇ ਰੱਬੋ ਉਹ ਮੇਰੇ ਭਰਾਵੋ ਜੇ ਤੁਹਾਨੂੰ ਕੋਈ ਵੀ ਗਲਤ ਸੁਣੀਹਾ ਆਵੇ ਤਾਂ ਮੈਂ ਨਹੀਂ ਇੰਸਟਾਗ੍ਰਾਮ ਤੇ ਹਾਂ ਨਾ ਮੈਨੂੰ ਇਹ ਚਲਾਉਣਾ ਆਉਂਦਾ ਮੈਂ ਉਹਦੇ ਉੱਤੇ ਸੁਨੇਹਾ ਵੀ ਭੇਜਿਆ ਸੀ ਪਰ ਅੱਗੋਂ ਹਾਲੇ ਤੱਕ ਮੈਨੂੰ ਕੋਈ ਜਵਾਬ ਨਹੀਂ ਆਇਆ ਹਾਲਾਂਕਿ ਉਹਨੇ ਲਿਖਿਆ ਹੋਇਆ ਹੈ ਕਿ ਇਹ ਫੈਨ ਪੇਜ ਆ ਪਰ ਮਤਲਬ ਇਹ ਜ਼ਰੂਰ ਦੱਸ ਦਿਓ ਸਾਰਿਆਂ ਨੂੰ ਕਿ ਉਹ ਫੈਨ ਪੇਜ ਵੀ ਤੁਸੀਂ ਨਹੀਂ ਚਲਾ ਰਹੇ ਮੈਂ ਨਹੀਂ ਬਿਲਕੁਲ ਚਲਾਉਂਦਾ ਜੀ ਉਹ ਪਤਾ ਨਹੀਂ ਕਿਹੜੇ ਸੱਜਣ ਨੇ ਬਣਾਇਆ ਮੈਨੂੰ ਨਹੀਂ ਪਤਾ ਵੀ ਉਹਦੇ ਤੇ ਕੀ ਕੁਝ ਪਾਇਆ ਵੀ ਜੇ ਤਾਂ ਕੁਝ ਚੰਗਾ ਪਾਇਆ ਉਹ ਵੀ ਤੁਸੀਂ ਜਾਣਦੇ ਹੋ ਤੇ ਜੇ ਕੁਝ ਮਾੜਾ ਪਾਇਆ ਤਾਂ ਉਹਦੇ ਨਾਲ ਮੇਰਾ ਕੋਈ ਸਬੰਧ ਨਹੀਂਗਾ ਜੀ ਬਿਲਕੁਲ ਸਹੀ ਕੋਈ ਤੁਹਾਨੂੰ ਕੋਈ ਚੰਗੀ ਬੰਦੀ ਗੱਲ ਲੱਗੇ ਉਹਦੇ ਨਾਲ ਮੇਰਾ ਕੋਈ ਦੂਰਲਾ ਤੇ ਨੇੜਲਾ ਸਬੰਧ ਨਹੀਂ ਹੈ ਬਿਲਕੁਲ ਸਹੀ ਪਰ ਮੈਨੂੰ ਸਮਝ ਨਹੀਂ ਆਉਂਦੀ ਤਾਣਾ ਸਾਹਿਬ ਵੀ ਲੋਕ ਇਦਾਂ ਕਿਉਂ ਕਰਦੇ ਨੇ ਹਨਾ ਤੁਸੀਂ ਜਿੱਦੇ ਦੇਖੋ ਤੁਸੀਂ ਕਿਸੇ ਦੇ ਪ੍ਰਸ਼ੰਸਕ ਹੋ ਸਕਦੇ ਹੋ ਤੁਸੀਂ ਜੇਕਰ ਉਸ ਬੰਦੇ ਦਾ ਕਰਕੇ ਕੋਈ ਉਹਦਾ ਪੇਜ ਬਣਾ ਰਹੇ ਹੋ ਜਾਂ ਸੋਸ਼ਲ ਮੀਡੀਆ ਤੇ ਉਹਦੇ ਬਾਰੇ ਕੁਝ ਪਾ ਰਹੇ ਹੋ ਤਾਂ ਘੱਟੋ ਘੱਟ ਇੱਕ ਵਾਰ ਉਹਨੂੰ ਪੁੱਛ ਤਾਂ ਲੋ ਵੀ ਕੀ ਮੈਂ ਇਹ ਕਰ ਸਕਦਾ ਜਾਂ ਮੈਂ ਆਹ ਕਰਨ ਬਾਰੇ ਸੋਚ ਰਿਹਾ ਹਾਂ ਤੁਸੀਂ ਕਹਿੰਦੇ ਬਈ ਖਾਤਾ ਬਣਾਉਣ ਲੱਗੇ ਸੋਚ ਲੋ ਲੋਕ ਤਾਂ ਕਿਸੇ ਦੀ ਪੋਸਟ ਚੱਕ ਕੇ ਨਾ ਥੱਲੇ ਆਪ ਦਾ ਪਾ ਲੈਂਦੇ ਆ ਬਿਲਕੁਲ ਸਹੀ ਮੈਂ ਇੱਕ ਦਿਨ ਇੱਕ ਸੱਜਣ ਨੂੰ ਸੁਨੀਹਾ ਭੇਜਿਆ ਮੈਂ ਕਿਹਾ ਯਾਰ ਵੀ ਜਿਹੜੀ ਪੋਸਟ ਮੈਂ ਲਿਖੀ ਸੀ ਉਹ ਤੂੰ ਆਪਦੇ ਨਾਂ ਦੇ ਉੱਤੇ ਪਾ ਲਈ ਹੈ ਕਮ ਸੇ ਕਮ ਸ਼ੇਅਰ ਜਿੰਨੀ ਮਰਜ਼ੀ ਕਰ ਲੈ ਤੇਰੀ ਮਰਜ਼ੀ ਆ ਪਰ ਤੂੰ ਐਂ ਤਾਂ ਨਾ ਕਰ ਵੀ ਯਾਰ ਇਹ ਤਾਂ ਚੋਰੀ ਦੀ ਕਿਰਤ ਆ ਤੇਰੀ ਕਹਿੰਦਾ ਮੈਂ ਕਿਹਾ ਵੀ ਚਲੋ ਕੋਈ ਨਹੀਂ ਇਹ ਕਿਹੜਾ ਪਤਾ ਲੱਗਦਾ ਤਾਂ ਮੈਨੂੰ ਲੱਗਦਾ ਗਿਆ ਹੁਣ ਕਿ ਮੈਂ ਕਰ ਗਈ ਲੋਕ ਨਹੀਂ ਟੱਲਦੇ ਬਿਲਕੁਲ ਨਹੀਂ ਟੱਲਦੇ ਇਹ ਜਿਹੜੇ ਆਲੇ ਦੁਆਲੇ ਵਿਦਵਾਨ ਘੁੰਮਦੇ ਆ ਨਾ ਇਹ ਜ਼ਰੂਰੀ ਨਹੀਂ ਕਿ ਉਹਨਾਂ ਦੀਆਂ ਆਪਦੀਆਂ ਕਿਰਤਾਂ ਹੋਣ ਆਪ ਲਿਖਿਆ ਹੋਵੇ ਕੁਝ ਵੀ ਹੋ ਸਕਦਾ ਇਸ ਕਰਕੇ ਭਾਈ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਵੇਲੇ ਜੀ ਪੂਰੇ ਚੌਕਸ ਰਹੋ ਪਤਾ ਕੋਈ ਨਹੀਂ ਕਿਹੜਾ ਕੀ ਚੰਦ ਚੜ੍ਹ ਜੇ ਤੇ ਕੁਝ ਵੀ ਪਾਉਣ ਤੋਂ ਪਹਿਲਾਂ ਸੋਚੋ ਜ਼ਰੂਰ ਅੱਜ ਕੱਲ੍ਹ ਖੁੱਲ੍ਹੇ ਖਿਲਾਰ ਕਵਿਤਾ ਵਾਲੇ ਬਹੁਤ ਧੁਰੇ ਫਿਰਦੇ ਨੇ ਜਿਨ੍ਹਾਂ ਦਾ ਕੋਈ ਸਮਝ ਨਹੀਂ ਆਉਂਦਾ ਕਿ ਕੀ ਲਿਖਿਆ ਹੁੰਦਾ ਪਰ ਉਹ ਆਪਣੇ ਆਪ ਨੂੰ ਇੰਨਾ ਕ ਵੱਡਾ ਵਿਦਵਾਨ ਮੰਨਦੇ ਨੇ ਜੇਕਰ ਤੁਸੀਂ ਉਹਨਾਂ ਨੂੰ ਕੁਝ ਕਹਿ ਦਓ ਤਾਂ ਤੁਹਾਡੇ ਗੱਲ ਪੈਂਦੇ ਨੇ ਉਹ ਵੀ ਹਾਂ ਹਾਂ ਤੇ ਬੋਲਿਆ ਪ੍ਰੀਆ ਅਡੋਲ ਫਲਾਨਾ ਢਿੰਗੜਾ ਇਹਨਾਂ ਸਾਰਿਆਂ ਤੋਂ ਬਚਣਾ ਹੈਗਾ ਇਹ ਇਹਨਾਂ ਵਿੱਚੋਂ ਬਹੁਤੇ ਖਾਤੇ ਨਕਲੀ ਆ ਜਿਹੜੇ ਬੰਦੇ ਨੇ ਆਪਦੀ ਫੋਟੋ ਅਸਲੀ ਨਹੀਂ ਲਾਈ ਉਸ ਬੰਦੇ ਤੋਂ ਤੁਸੀਂ ਕਰਉਣਾ ਕੀ ਆ ਉਹਦੀ ਬਿਲਕੁਲ ਮਿੱਤਰਤਾ ਨੂੰ ਕਬੂਲ ਨਾ ਕਰੋ ਉਹਦੇ ਕਿਸੇ ਵੀ ਕਮੈਂਟ ਦਾ ਕਿਸੇ ਵੀ ਟਿੱਪਣੀ ਦਾ ਉੱਤਰ ਨਾ ਦਿਓ ਕਿਉਂਕਿ ਉਹ ਤਾਂ ਵਿਲੇ ਆ ਜਦੋਂ ਨਕਲੀ ਆਈਡੀ ਬਣ ਕੇ ਤੇ ਇਦਾਂ ਲੋਕ ਤੁਹਾਨੂੰ ਤੰਗ ਪਰੇਸ਼ਾਨ ਕਰਦੇ ਵਿਚਾਰੇ ਦੇ ਵਿੱਚ ਬਚਾ ਬਿਲਕੁਲ ਸਹੀ ਜੱਜ ਦਾ ਵਿਚਾਰ ਸੋ ਨੁਕਸੂਦ ਜੀ ਨੇ ਇੱਕ ਵਾਰੀ ਫੇਰ ਬੜਾ ਕਮਾਲ ਦਾ ਕੰਮ ਕੀਤਾ ਕੀ ਕੀਤਾ ਹੁਣ ਉਹਨੇ ਕਿਸੇ ਗਰੀਬ ਬੰਦੇ ਨੂੰ ਮੱਝ ਲੈ ਕੇ ਦਿੱਤੀ ਕੱਟੀ ਸਮੇਤ ਹਾਂਜੀ ਹਾਂਜੀ ਵਾਹ ਉਹਦਾ ਕਾਰਨ ਇਹ ਆ ਵੀ ਬਿਹਾਰ ਦੇ ਵਿੱਚ ਆਗੇ ਹੜ ਹਮ ਤੇ ਉਥੇ ਇੱਕ ਕਿਸਾਨ ਆ ਜਿਹੜਾ ਭੋਲਾ ਦਾ ਚੰਪਾਰਨ ਜ਼ਿਲ੍ਹੇ ਦੇ ਵਿੱਚ ਜੀ ਉਹਦੇ ਪੁੱਤ ਦੀ ਵੀ ਮੌਤ ਹੋ ਗਈ ਤੇ ਇੱਕ ਪਾਲਤੂ ਪਸ਼ੂ ਦੇ ਵੀ ਘਰੇ ਜਿਹੜੀ ਮੱਝ ਸੀ ਉਹਦੀ ਵੀ ਮੌਤ ਹੋ ਗਈ ਹਮ ਹੁਣ ਸੋਨੂ ਸੂਤ ਤੱਕ ਇਹ ਜਾਣਕਾਰੀ ਪਹੁੰਚੀ ਵੀ ਜਿਹੜਾ ਇਹ ਟੱਬਰ ਆ ਨਾ ਇਹ ਦੁੱਧ ਵੇਚ ਕੇ ਮੱਝ ਦਾਤੇ ਗੁਜ਼ਾਰਾ ਕਰਦਾ ਸੀਗਾ ਹੋਰ ਇਹਨਾਂ ਦੇ ਕੋਲੇ ਕਮਾਈ ਦਾ ਸਾਧਨ ਕੋਈ ਨਹੀਂ ਜੀ ਸੋਨੂ ਸੂਦ ਨੇ ਕਿਹਾ ਵੀ ਮੈਂ ਤੁਹਾਡੇ ਪੁੱਤ ਨੂੰ ਤਾਂ ਵਾਪਸ ਕਦੇ ਲਿਆ ਨਹੀਂ ਸਕਦਾ ਕਿਉਂਕਿ ਜੋ ਕੁਦਰਤ ਨੂੰ ਮਨਜ਼ੂਰ ਸੀ ਉਹ ਤਾਂ ਹੋ ਗਿਆ ਮਰਿਆ ਨੂੰ ਤਾਂ ਆਪਾਂ ਜਿਉਂਦੇ ਕਰ ਨਹੀਂ ਸਕਦੇ ਪਰ ਜਿੰਨੀ ਕਿ ਮੈਂ ਤੁਹਾਡੀ ਆਰਥਿਕ ਮਦਦ ਕਰ ਸਕਦਾ ਤੁਹਾਡੇ ਲਈ ਉਹ ਵਸੀਲਾ ਬਣਾ ਕੇ ਦੇ ਸਕਦਾ ਉਹਨੇ ਇੱਕ ਮੱਝ ਖਰੀਦੀ ਉਹ ਪਤਾ ਨਹੀਂ 50 ਹਜ਼ਾਰ ਦੀ ਆਈ ਹੈ ਲੱਖ ਦੀ ਆਈ ਹੈ ਸਵਾ ਲੱਖ ਦੀ ਆਈ ਹੈ ਸੂਈ ਹੋਈ ਮੱਝ ਤੇ ਉਹਨਾਂ ਦੇ ਘਰ ਦੇ ਵਿੱਚ ਪਹੁੰਚਾ ਦਿੱਤੀ ਹੈ ਤੇ ਨਾਲ ਸੋਨੂ ਸੂਦ ਨੇ ਨਾ ਇੱਕ ਟਿੱਪਣੀ ਕੀਤੀ ਹੈ ਸੋਸ਼ਲ ਮੀਡੀਆ ਦੇ ਉੱਤੇ ਲਿਖਿਆ ਹੈਗਾ ਪੋਸਟ ਪਾ ਕੇ ਕਿ ਜੀ ਮੈਨੂੰ ਉਨੀ ਖੁਸ਼ੀ ਜਦੋਂ ਜ਼ਿੰਦਗੀ ਦੇ ਵਿੱਚ ਪਹਿਲੀ ਆਪਣੀ ਕਮਾਈ ਦੇ ਨਾਲ ਕਾਰ ਲਈ ਸੀ ਉਦੋਂ ਨਹੀਂ ਹੋਈ ਜਿੰਨੀ ਹੁਣ ਮੱਝ ਲੈ ਕੇ ਹੋਈ ਹੈ ਵਾਹ ਕੀ ਬਾਤ ਹੈ ਦੇਖੋ ਇਸ ਦੌਰ ਦੇ ਵਿੱਚ ਤਿੰਨ ਚਾਰ ਮਹੀਨਿਆਂ ਦੇ ਵਿੱਚ ਜੋ ਜੋ ਕੰਮ ਸੋਨੂ ਸੂਤ ਨੇ ਕੀਤਾ ਉਹ ਵਾਕਈ ਕਾਬਿਲ ਇਤਿਹਾਰ ਹੈ ਟਾਣਾ ਸਾਹਿਬ ਕਿਉਂਕਿ ਕਦੇ ਲੋਕਾਂ ਨੂੰ ਆਪਣੇ ਘਰਾਂ ਤੱਕ ਪਹੁੰਚਾਉਣਾ ਕਦੇ ਕਿਸੇ ਲੋੜਵੰਦ ਨੂੰ ਕੋਈ ਚੀਜ਼ ਪਹੁੰਚਾਉਣਾ ਤੇ ਕਦੇ ਇਸ ਤਰੀਕੇ ਦੇ ਨਾਲ ਲੋਕਾਂ ਦੀ ਮਦਦ ਲਈ ਅੱਗੇ ਆਉਣਾ ਇਹ ਵਾਕਈ ਹਰ ਕੋਈ ਨਹੀਂ ਕਰਦਾ ਪਰ ਜੇ ਤੁਸੀਂ ਸਰ ਦੇ ਪੁੱਜਦੇ ਹੋ ਤੇ ਕਿਸੇ ਦੀ ਭਾਵੇਂ 2 ਰੁਪਏ ਦੀ ਵੀ ਮਦਦ ਕਰਦੇ ਹੋ ਤੇ ਉਹਦੇ ਲਈ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਸੋ ਜਿਸ ਹਿਸਾਬ ਦੇ ਨਾਲ ਸੋਨੂ ਸੂਦ ਨੇ ਆਪਣਾ ਕਿਰਦਾਰ ਨਿਭਾਇਆ ਜਿਸ ਹਿਸਾਬ ਦੇ ਨਾਲ ਉਹਨੇ ਲੋਕਾਂ ਦੀ ਮਦਦ ਲਈ ਹੱਥ ਵਧਾਇਆ ਇਹ ਵਾਕਈ ਉਸ ਮੁੰਡੇ ਨੂੰ 100-100 ਵਾਰ ਸਲਾਮ ਹੈ ਬਿਲਕੁਲ ਜੀ ਸੋਨੂ ਸੂਦ ਨੂੰ ਸਲਾਮ ਹੈ ਜਿਹੜੇ ਵੀ ਲੋਕ ਹੋਰ ਇਸ ਤਾਲਾਬੰਦੀ ਦੇ ਵਿੱਚ ਗਰੀਬਾਂ ਦੀ ਤੇ ਲੋੜਵੰਦਾਂ ਦੀ ਮਦਦ ਕਰਦੇ ਆਪਾਂ ਮੇ ਰੋਟੀ ਪਾਣੀ ਦੇ ਰੂਪ ਚ ਲੀੜੇ ਲੱਤੇ ਦੇ ਰੂਪ ਦੇ ਵਿੱਚ ਇੱਕ ਤੋਂ ਦੂਜੀ ਥਾਂ ਤੱਕ ਪਹੁੰਚਾਉਣ ਦੇ ਰੂਪ ਦੇ ਵਿੱਚ ਦਵਾਈ ਬੂਟੀ ਦੇ ਰੂਪ ਦੇ ਵਿੱਚ ਸਾਰਿਆਂ ਨੂੰ ਸਲਾਮ ਸਾਰਿਆਂ ਨੂੰ ਸ਼ਾਬਾਸ਼ ਆ ਤੇ ਇਹਨਾਂ ਵਾਂਗੂ ਬਾਕੀਆਂ ਨੂੰ ਵੀ ਕਰਨਾ ਚਾਹੀਦਾ ਪਰ ਮੈਂ ਨਾ ਸੋਸ਼ਲ ਮੀਡੀਆ 'ਤੇ ਦੇਖਦਾ ਲੋਕ ਇੱਕ ਦੂਜੇ ਨੂੰ ਗਾਲਾਂ ਬੜੀਆਂ ਕੱਢਦੇ ਆ ਬਿਲਕੁਲ ਕਹਿੰਦੇ ਇਹ ਤਾਂ ਬਖਾਵਾ ਕਰਦਾ ਹੈ ਇਹ ਤਾਂ ਫਲਾਣਾ ਕਰਦਾ ਹੈ ਇਹਨਾਂ ਤਾਂ ਜੀ 20 ਬੋਰੀਆਂ ਜਕਰ ਕਣਕ ਦੀਆਂ ਵੰਡੀਆਂ ਜਾਂ 10 ਬੋਰੇ ਜਿਹੜੇ ਜਕਰ ਕਿਸੇ ਨੂੰ ਅਟੜੇ ਦਿੱਤੇ ਆ ਤੇ ਇਹਨੇ ਫੇਸਬੁੱਕ ਤੇ ਫੋਟੋ ਪਾ ਦਿੱਤੀ ਹੈ ਹਾਲਾਂਕਿ ਮੈਂ ਨਿੱਜੀ ਤੌਰ ਤੇ ਇਹ ਚਾਹੁੰਨਾ ਕਿ ਵਿਖਾਵਾ ਨਾ ਕੀਤਾ ਜਾਵੇ ਜੀ ਪਰ ਮੈਂ ਚਾਹੁੰਨਾ ਜੇਕਰ ਵਿਖਾਵੇ ਬਿਨਾ ਨਹੀਂ ਸਰਦਾ ਤਾਂ ਵੀ ਮਦਦ ਜਾਰੀ ਰੱਖੀ ਜਾਵੇ ਦੇਖੋ ਇਹਨਾਂ ਨੂੰ ਦੇਖ ਕੇ ਕੀ ਪਤਾ ਕਿਸੇ ਦੇ ਮਨ 'ਚ ਇਹ ਆਵੇ ਵੀ ਮੈਂ ਵੀ ਇਦਾਂ ਛਾ ਜਾ ਜੀ ਮੈਂ ਵੀ ਆਪਦੀਆਂ ਫੋਟੋਆਂ ਵੱਧ ਤੋਂ ਵੱਧ ਪਾਵਾਂ ਵਿਖਾਵਾ ਕਰੀ ਚੱਲੋ ਕੋਈ ਇਤਰਾਜ਼ ਨਹੀਂ ਪਰ ਕੰਮ ਹੁੰਦਾ ਰਹੇ ਨਾਲੇ ਇੱਕ ਪੱਖੇ ਦਾ ਹੋਰ ਉਹ ਵੀ ਹੈ ਟਾਣਾ ਸਾਹਿਬ ਵੀ ਹੋ ਸਕਦਾ ਵੀ ਕਿਸੇ ਹੋਰ ਬੰਦੇ ਨੂੰ ਵੀ ਤੁਹਾਡੀ ਮਦਦ ਦੀ ਲੋੜ ਹੋਵੇ ਤੇ ਉਹ ਇਹ ਤਸਵੀਰਾਂ ਵੇਖ ਕੇ ਤੁਹਾਡੇ ਤੇ ਪਹੁੰਚ ਕਰ ਲੈ ਵੀ ਭਾਈ ਤੂੰ ਆਹ ਕੰਮ ਕਰਦਾ ਮੈਨੂੰ ਵੀ ਲੋੜ ਹੈ ਤੇ ਤੂੰ ਮੇਰੀ ਵੀ ਮਦਦ ਕਰ ਹਨਾ ਕਿਸੇ ਤੱਕ ਮਦਦ ਪਹੁੰਚਦੀ ਹੋ ਸਕਦੀ ਹੈ ਸੋ ਦੋ ਪੱਖ ਨੇ ਹਰੇਕ ਗੱਲ ਦੇ ਜਿਹੜੇ ਦੋ ਪਹਿਲੂ ਹੁੰਦੇ ਨੇ ਇੱਕ ਪੋਜ਼ਿਟਿਵ ਇੱਕ ਨੈਗੇਟਿਵ ਸੋ ਆਪਣੇ ਉੱਤੇ ਨਿਰਭਰ ਕਰਦੇ ਚੀਜ਼ਾਂ ਵੀ ਅਸੀਂ ਕੋਈ ਸਕਾਰਾਤਮਕ ਚੀਜ਼ ਵੇਖਣੀ ਹੈ ਜਾਂ ਨਕਾਰਾਤਮਕ ਵੇਖਣੀ ਹੈ ਬਾਕੀ ਜਿਹਨੇ ਟੁੱਟ ਚਰ ਕੱਢਣੀ ਆ ਉਹਨੇ ਕੱਢੀ ਜਾਣੀ ਆ ਜਿਹਨੇ ਕੋਈ ਨਾ ਕੋਈ ਨੁਕਸ ਕੱਢਣਾ ਉਹਨੇ ਕੱਢੀ ਜਾਣਾ ਭਾਵੇਂ ਜੋ ਮਰਜ਼ੀ ਹੋ ਜਵੇ ਸੋ ਮੈਨੂੰ ਲੱਗਦਾ ਹੈ ਕਿ ਜੇ ਕੋਈ ਚੰਗਾ ਕੰਮ ਕਰ ਰਿਹਾ ਹੋਏ ਤਾਂ ਉਹਨੂੰ ਕਰ ਲੈਣ ਦੇਣਾ ਚਾਹੀਦਾ ਤੇ ਜੇ ਉਹਦਾ ਕੰਮ ਕੀਤਾ ਨਹੀਂ ਪਸੰਦ ਤੇ ਅਸੀਂ ਆਪ ਕਰ ਲਈਏ ਮੈਨੂੰ ਕਿਸੇ ਸੱਜਣ ਨੇ ਫੋਨ ਕੀਤਾ ਮੈਨੂੰ ਕਹਿੰਦੇ ਵੀ ਪੰਜਾਬ ਦੀ ਫਲਾਣੀ ਜਿਹੜੀ ਸੰਸਥਾ ਨਾ ਉਹ ਤਾਂ ਸਿਰਫ ਵਿਖਾਵਾ ਕਰਦੀ ਆ 5000 ਦੀ ਚੀਜ਼ ਵੰਡ ਕੇ ਤੇ 10 ਅਖਬਾਰਾਂ ਦੇ ਵਿੱਚ ਫੋਟੋ ਲਵਾਉਂ ਵੱਡਿਆ ਕਰ ਤੇ 15 ਦੇ ਵਿੱਚ ਫੋਟੋ ਸ਼ਪੋਆ ਕਰ ਜੀ ਚਲੋ ਫੋਟੋਸ਼ਾਪੀ ਦਾ ਸਾਨੂੰ ਕੋਈ ਤਰਾਜ਼ ਨਹੀਂ ਸਾਨੂੰ ਇਸ ਗੱਲ ਦੀ ਤਸੱਲੀ ਤਾਂ ਹੋਵੇ ਵੀ ਚਲੋ 5-7 ਨੇ ਮਦਦ ਕੀਤੀ ਆ ਤੂੰ ਘੱਟ ਵੱਡਿਆ ਕਰ ਚੀਜ਼ ਤੇ ਵੱਧ ਤੋਂ ਵੱਧ ਫੋਟੋਆਂ ਲਵਾ ਲਿਆ ਕਰ ਕਿਸੇ ਨੂੰ ਕੋਈ ਤਰਾਜ਼ ਨਹੀਂ ਗੱਲ ਇਹ ਆ ਵੀ ਅਸੀਂ ਆਪ ਕੁਝ ਕਰਦੇ ਨਹੀਂ ਤੇ ਜਿਹੜਾ ਕੁਝ ਕਰਦਾ ਤੇ ਉਹਨੂੰ ਕਹਿੰਦੇ ਵੀ ਇੰਓਂ ਕੋ ਕਰਦਾ ਸੋ ਇਸ ਕਰਕੇ ਗੱਲ ਕਲੀ ਵਿਖਾਵੇ ਦੇ ਨਹੀਂ ਵਿਖਾਵਾ ਨਾ ਕੀਤਾ ਜਾਵੇ ਤਾਂ ਬਾੜੀ ਵਧੀਆ ਗੱਲ ਆ ਪਰ ਜੇਕਰ ਕੋਈ ਇਦਾਂ ਵੀ ਕੰਮ ਕਰਦਾ ਤਾਂ ਉਹਨੂੰ ਕੰਮ ਕਰਨ ਤੋਂ ਰੋਕਣਾ ਨਹੀਂ ਚਾਹੀਦਾ ਬਿਲਕੁਲ ਸਹੀ ਗੱਲ ਆ ਡਾਡਾ ਸਾਹਿਬ ਕਹਿੰਦੇ ਹੁੰਦੇ ਘਰ ਦਾ ਪੇ ਤਿਲੰਕਾ ਟਾਏ ਬਿਲਕੁਲ ਸਹੀ ਜਿਹੜੇ ਘਰ ਦੇ ਬੰਦੇ ਆਪਣੇ ਘਰ ਦੇ ਆ ਜੀਆਂ ਦੀ ਕੋਈ ਬਦਖੋਈ ਕਰ ਦਿੰਦੇ ਨੇ ਜਾਂ ਕੋਈ ਨਿੱਜੀ ਗੱਲ ਜਿਹੜੀ ਨਸ਼ਰ ਕਰ ਦਿੰਦੇ ਨੇ ਤੇ ਫਿਰ ਬੰਦਾ ਸੋਚਦਾ ਮੈਂ ਇਹਨੂੰ ਕਵਾਂ ਕੀ ਹੋਵੇ ਦੇਖੋ ਅਸੀਂ ਪੰਜਾਬੀਆਂ ਨੇ ਜਿਹੜੇ ਭਾਵੇਂ ਸਾਡੀ ਭੈਣ ਭਰਾ ਦੇ ਨਾਲ ਕੋਈ ਵੀ ਅਲੱਗ ਡਟ ਹੋਵੇ ਅਸੀਂ ਭਾਵੇਂ ਕਿਸੇ ਵੀ ਤਰ੍ਹਾਂ ਦੇ ਮਤਭੇਦ ਰੱਖਦੇ ਹੋਈਏ ਪਰ ਬਾਹਰ ਜਾ ਕੇ ਅਸੀਂ ਇਹ ਗੱਲ ਜ਼ਰੂਰ ਕਹਿੰਦੇ ਆ ਵੀ ਭਾਈ ਮੇਰੇ ਭਰਾ ਵਰਗਾ ਕੋਈ ਨਹੀਂ ਮੇਰੀ ਭੈਣ ਵਰਗੀ ਕੋਈ ਨਹੀਂ ਸਾਡਾ ਦੋਸਤਾਂ ਦਾ ਪਿਆਰ ਇੰਨਾ ਜਿੰਨਾ ਦੁਨੀਆਂ ਦੇ ਵਿੱਚ ਕੋਈ ਨਹੀਂ ਕਰਦਾ ਹੋਣਾ ਪਰ ਜਿਹੜੇ ਗੋਰੇ ਆ ਨਾ ਜਿਹੜੇ ਬਾਹਰਲੇ ਮੁਲਕਾਂ ਵਾਲੇ ਆ ਉਹ ਸਿੱਧੀ ਗੱਲ ਦੱਸ ਦਿੰਦੇ ਵੀ ਮੇਰਾ ਭਰਾ ਤਾਂ ਚੋਰ ਆ ਵੀ ਸਾਡਾ ਟੱਬਰ ਦਾ ਫਲਾਣਾ ਜੀ ਤਾਂ ਸਿਰੇ ਦਾ ਚੋਰਾ ਆ ਜੀ ਐਦਾਂ ਹੁਣ ਟਰੰਪ ਦੀ ਜਿਹੜੀ ਭੈਣ ਆ ਜੀ ਮੈਰੀਨ ਟਰੰਪ ਬੈਰੀ ਜੀ ਬਿਲਕੁਲ ਮੈਰੀਨ ਟਰੰਪ ਬੈਰੀ ਨੇ ਇਹ ਗੱਲ ਕਹੀ ਹੈ ਵੀ ਮੇਰਾ ਜਿਹੜਾ ਭਰਾ ਉਹ ਤਾਂ ਸਿਰੇ ਦਾ ਝੂਠਾ ਬੰਦਾ ਉਹਦਾ ਕੋਈ ਸਿਧਾਂਤ ਨਹੀਂ ਹੈਗਾ ਇੱਥੇ ਕੋਈ ਛੜ ਦਿੰਦਾ ਸ਼ੁਰਲੀ ਉਧਰਲੇ ਪਾਸੇ ਕੋਈ ਸ਼ੁਰਲੀ ਛੜ ਦਿੰਦਾ ਮੈਂ ਸੋਚਦਾ ਵੀ ਦੇਖੋ ਪਰ ਅਮੀ ਇਹ ਛੁਰਲੀ ਛੱਡਣੀ ਇਹ ਝੂਠ ਬੋਲਣੇ ਮਾੜੀ ਗੱਲ ਆ ਪਰ ਖੂਨ ਦਾ ਰਿਸ਼ਤਾ ਜਿਹੜਾ ਜਿੱਕਰ ਇਹਨਾਂ ਵੱਡਾ ਸੱਚ ਬੋਲਦਾ ਤੇ ਇਹ ਤਾਂ ਸੱਚੀ-ਮੁੱਚੀ ਕਮਾਲ ਦੀ ਗੱਲ ਆ ਜੀ ਤੁਸੀਂ ਵੇਖੋ ਵੀ ਆਪਣੇ ਇੱਧਰ ਤਾਂ ਨਾ ਦੂਰ ਦੀ ਰਿਸ਼ਤਦਾਰੀ ਵੀ ਹੋਵੇ ਤਾਂ ਵੀ ਆਪਾਂ ਜੇ ਦੇਖਦੇ ਹਾਂ ਕਿ ਉਹ ਕਿਸੇ ਚੰਗੇ ਅਹੁਦੇ ਦੇ ਉੱਪਰ ਆ ਤੇ ਉਹ ਸਿਫਤਾਂ ਦੇ ਟੋਕਰੇ ਉਹ ਉਹਦੀਆਂ ਤਾਰੀਫਾਂ ਕਰਦੇ ਆ ਵੀ ਪੁੱਛੋ ਹੀ ਕੁਛ ਨਾ ਵੀ ਇਹ ਨਾਲੋਂ ਚੰਗਾ ਤਾਂ ਕੋਈ ਜੰਮਿਆ ਹੀ ਹੈ ਨਹੀਂ ਧਰਤੀ ਤੇ ਹੈਨਾ ਤੇ ਜਿੱਦਾਂ ਕੰਮ ਨਿਕਲ ਜਾਂਦਾ ਤੇ ਅਸੀਂ ਆਪਣੇ ਸਖਿਆਂ ਨੂੰ ਵੀ ਨਿੰਦਣ ਲੱਗ ਜਾਂਦੇ ਆ ਵੀ ਨਹੀਂ ਲੈ ਆਹ ਇਹ ਤਾਂ ਇਦਾਂ ਹੀ ਆ ਇਹ ਤਾਂ ਤਾਂ ਕੰਮ ਹੀ ਇਹ ਆ ਹੈਨਾ ਪਰ ਗੋਰੇ ਵਾਕੀ ਸੱਚ ਦਾ ਸਾਥ ਦਿੰਦੇ ਨੇ ਤੇ ਹੁਣ ਇਸ ਬਿਆਨ ਤੋਂ ਬਾਅਦ ਵਾਕੀ ਮੈਂ ਹੈਰਾਨਾ ਵੀ ਭੈਣ ਹੀ ਕਹੀ ਜਾਂਦੀ ਭਰਾਵਰੇ ਹੈ ਹੀ ਸਿਰੇ ਦਾ ਝੁੱਟਾ ਇੱਥੇ ਤਾਂ ਜੀ ਕਮਾਲ ਦੀ ਗੱਲ ਆ ਵੀ ਜਿਹੜੇ ਵਿਚੋਲੇ ਆ ਨਾ ਉਹ ਐਸੇ ਐਸੇ ਝੂਠ ਬੋਲਦੇ ਆ ਮੂੰਹ ਤੇ ਗੱਲ ਹੋਰ ਕਰਨਗੇ ਪਿੱਠ ਪਿੱਛੇ ਹੋਰ ਜਦੋਂ ਨਾ ਮੁੰਡੇ ਵਾਲੇ ਕੁੜੀ ਦੇ ਬਾਬਤ ਪਤਾ ਕਰਦੇ ਕੁੜੀ ਵਾਲੇ ਮੁੰਡੇ ਬਾਰੇ ਪਤਾ ਕਰਦੇ ਆ ਆਂਡ ਗਵਾਂਡ ਦੇ ਵਿੱਚ ਪਤਾ ਉਦੋਂ ਲੱਗਦਾ ਵੀ ਕਿੰਨੇ ਸੁਲੱਖਣੇ ਵਿਚਾਰ ਪੇਸ਼ ਕਰਦੇ ਆ ਜਿਨ੍ਹਾਂ ਦੇ ਘਰ ਦੇ ਵਿੱਚ ਦਾਲ ਕੌਲੀ ਦੀ ਸਾਂਝ ਵੀ ਹੁੰਦੀ ਆ ਵੀ ਭਾਈ ਇਹਨਾਂ ਦੇ ਬਿਨਾਂ ਤਾਂ ਅਸੀਂ ਬਚਦੇ ਨਹੀਂ ਜਦੋਂ ਉਹਨਾਂ ਦੇ ਘਰ ਦੇ ਵਿੱਚ ਜਾ ਕੇ ਪੁੱਛਦੇ ਕਹਿੰਦੇ ਨੇ ਸਿਹਤ ਬਣ ਜਾਣੀ ਸੀ ਜਿੱਥੇ ਚਿੱਟਾ ਨਾ ਪਿੰਦਾ ਬਾਪੂ ਨੇ ਝਾੜਤਾ ਕਿੱਲੇ ਤਾਂ ਪਾ ਜਿਸਕੇ ਹੁਣ ਡੂੜ ਰਹਿ ਗਿਆ ਜੀ ਸਾਰਾ ਕੁਝ ਦੱਸ ਦਿੰਦੇ ਆ ਹਮ ਪਰ ਦੱਸਣਾ ਤਾਂ ਸੱਚ ਚਾਹੀਦਾ ਪਰ ਮੂੰਹ ਦੇ ਉੱਤੇ ਵੀ ਕਹੋ ਵੀ ਭਾਈ ਤੂੰ ਐਦਾ ਕਰਤਾ ਮੂੰਹ ਤੇ ਕਹਿਣਗੇ ਨਾ ਨਾ ਹੀਰਾ ਬੰਦਾ ਤੂੰ ਹੀਰਾ ਹਾਂ ਤੇ ਲਈ ਮੈਰਿਜ ਤਾਂ ਲਵਦੀ ਹਾਂ ਹਾਂ ਸਹੀ ਗੱਲ ਆ ਬਾਅਦ ਚ ਪਤਾ ਲੱਗਦਾ ਤਾਂ ਲਾਭ ਹੀਰੇ ਦੀ ਗੱਲ ਕਰਦੇ ਸੀ ਬਿਲਕੁਲ ਸਹੀ ਸੋ ਆਪਾਂ ਨੂੰ ਸਪਸ਼ਟ ਹੋਣਾ ਜ਼ਰੂਰ ਸਿੱਖਣਾ ਚਾਹੀਦਾ ਹੈ ਗੋਰੀਆਂ ਤੋਂ ਅਸੀਂ ਨਾ ਮਾੜੀਆਂ ਚੀਜ਼ਾਂ ਬਹੁਤ ਛੇਤੀ ਨਿੰਦ ਦੰਦੇ ਆ ਵੀ ਐ ਹੁੰਦੇ ਨੇ ਐ ਹੁੰਦੇ ਨੇ ਐ ਹੁੰਦੇ ਨੇ ਪਰ ਚੰਗੀਆਂ ਚੀਜ਼ਾਂ ਕਦੇ ਵੀ ਅਪਣਾਉਣ ਦੀ ਕੋਸ਼ਿਸ਼ ਵੀ ਨਹੀਂ ਕਰਦੇ ਅਸੀਂ ਕਦੇ ਸਮੇਂ ਦੇ پابੰਦ ਹੋਣ ਦੀ ਕੋਸ਼ਿਸ਼ ਨਹੀਂ ਕਰਦੇ ਸੱਚ ਬੋਲਣਾ ਨਹੀਂ ਸਿੱਖਦੇ ਸਪਸ਼ਟ ਹੋਣਾ ਨਹੀਂ ਸਿੱਖਦੇ ਮਿਹਨਤੀ ਹੋਣਾ ਨਹੀਂ ਸਿੱਖਦੇ ਸੋ ਇਹ ਮਾੜੀਆਂ ਚੀਜ਼ਾਂ ਨੇ ਵੀ ਅਪਣਾਉਣੀਆਂ ਚਾਹੀਦੀਆਂ ਸਾਨੂੰ ਨਹੀਂ ਪਤਾ ਭਾਈ ਅਮਰੀਕਾ ਦੇ ਵਿੱਚ ਟਰੰਪ ਸਾਹਿਬ ਨੇ ਫਿਰ ਜਿੱਤਣਾ ਕਿ ਨਹੀਂ ਜਿੱਤਣਾ ਹੋ ਸਕਦਾ ਜਿੱਤ ਵੀ ਜਾਣ ਕਿਉਂਕਿ ਜਿੱਤੀ ਜਾਂਦੇ ਹੁੰਦੇ ਐਦਾ ਬੰਦੇ ਸਾਡੇ ਵੀ ਜਿਹਨੂੰ ਅਸੀਂ ਲਿੰਦੇ ਹੁੰਦੇ ਪਰ ਗੱਲ ਅਸਲ ਦੇ ਵਿੱਚ ਇਹ ਹੈਗੀ ਆ ਕਿ ਉੱਥੇ ਹੁਣ ਬੜਾ ਕੁਝ ਇਹੋ ਜਿਹਾ ਚੱਲ ਰਿਹਾ ਜਦੋਂ ਤੋਂ ਕਮਲਾ ਹੈਰਿਸ ਆਈ ਨਾ ਕਮਲਾ ਹੈਰਿਸ ਹਾਂਜੀ ਮੁਕਾਬਲਾ ਬੜਾ ਬਣ ਗਿਆ ਤਿੱਖਾ ਵਾਕੇ ਤੇ ਕਹਿੰਦੇ ਵੀ ਹੁਣ ਇਹਦੀਆਂ ਗੱਲਾਂ ਨੇ ਬਹੁਤ ਚਰਚੇ ਛੱਡਦੇ ਆ ਵੀ 트ੰਪ ਨੇ ਇੱਥੇ ਆ ਗੱਪ ਛੱਡਿਆ ਸੀ ਉੱਥੇ ਆ ਗੱਪ ਛੜਦਾ ਕਦੇ ਕਹਿੰਦਾ ਮੈਂ ਚੀਨ ਨੂੰ ਲੰਮਾ ਪਾ ਲੂੰ ਕਦੇ ਕਹਿੰਦਾ ਮੈਂ ਫਲਾਣੇ ਨੂੰ ਐ ਕਰ ਦੂੰ ਉਹ ਲੋਕ ਆ ਜਿਹੜੇ ਉਹ ਸਵਾਲ ਕਰਦੇ ਵੀ ਐ ਥੋੜੀ ਹੁੰਦਾ ਯਾਰ ਅੱਛਾ ਜੀ ਵੀ ਤੂੰ ਇੱਥੇ ਕਿਤੇ ਭਾਰਤ ਦੇ ਕਿਸੇ ਹਿੱਸੇ ਦੇ ਵਿੱਚ ਰਹਿਣਾ ਐਦਾਂ ਨਹੀਂ ਗੱਲਾਂ ਹੁੰਦੀਆਂ ਪਰ ਭਾਰਤ ਦੇ ਵਿੱਚੋਂ ਗਿਆ ਹੋਇਆ ਬੰਦਾ ਹਾਂਜੀ ਕੀ ਮਤਲਬ ਉਹ ਆਏ ਸੀ ਨਾ ਹਾਂ ਫਿਰ ਤਾਂ ਪਤਾ ਲੱਗਾ ਵੀ ਉੱਥੇ ਪ੍ਰਚਾਰ ਵੀ ਕਰਨ ਲੱਗ ਗਏ ਮੋਦੀ ਸਾਹਿਬ ਦੇ ਨਾਲ ਜਿਹੜਾ ਉਹ ਹੱਥ ਹਿਲਾਉਂਦਿਆਂ ਕਰਕੇ ਉਹ ਜਿਹੜਾ ਹਾਉਡੀ ਮੋਦੀ ਇੱਕ ਪ੍ਰੋਗਰਾਮ ਕਰਵਾਇਆ ਸੀ ਉਹਦੀਆਂ ਕਲਿੱਪਾਂ ਅੱਗੇ ਤੋਂ ਅੱਗੇ ਪੋਚਾਈਆਂ ਜਾ ਰਹੀਆਂ ਵੀ ਭਾਰਤੀ ਭਾਈਚਾਰੇ ਨੂੰ ਪ੍ਰਭਾਵਿਤ ਕਰਨ ਦੇ ਲਈ ਕਿ ਮੋਦੀ ਸਾਹਿਬ ਦੇ ਨਾਲ ਆਪਣੀ ਇੰਨੇ ਖੁਸ਼ਗਵਾਰ ਰਿਸ਼ਤੇ ਆ ਇਹ ਬਈ ਖੂਬ ਸਿੱਖੇ ਗਏ ਨੇ ਇਤੋਂ ਵੈਸੇ ਕਾਫੀ ਕੁਝ ਉਹਨਾਂ ਨੇ ਨਾ ਮੈਨੂੰ ਲੱਗਦਾ ਹੈ ਕਿ ਹਜ਼ਮ ਕੀਤਾ ਇੱਥੇ ਕਾਫੀ ਕੁਝ ਸਿੱਖਿਆ ਹੈ ਕਾਫੀ ਕੁਝ ਜਾਣਿਆ ਵੀ ਕਿਸ ਤਰੀਕੇ ਨਾਲ ਪ੍ਰਚਾਰ ਕੀਤਾ ਜਾਂਦੇ ਨੇ ਤੇ ਉਸ ਤੋਂ ਬਾਅਦ ਇਹ ਸਾਰਾ ਕੁਝ ਕਰ ਰਹੇ ਨੇ ਬਾਕੀ ਸਮਾਂ ਦੱਸ ਦੂਗਾ ਵੀ ਉਹ ਸਫਲ ਹੁੰਦੇ ਨੇ ਜਾਂ ਨਹੀਂ ਹੁੰਦੇ ਤੇ ਬਾਕੀ ਸਮਾਂ ਜਿਹੜਾ ਹੁਣ ਫਿਲਹਾਲ ਕਹਿ ਰਿਹਾ ਹੋਏ ਹੈ ਕਿ ਆਪਾਂ ਚੱਲੀਏ ਹੁਣ ਚੱਲ ਗਏ ਜੀ ਜਾਣ ਦਾ ਵੇਲਾ ਹੋ ਗਿਆ ਜੀ ਪਰ ਆਪਣੀ ਪ੍ਰਤੀਕਿਰਿਆ ਜ਼ਰੂਰ ਸਾਡੇ ਤੇ ਪਹੁੰਚਾਓ ਸਾਨੂੰ ਦੋਵਾਂ ਨੂੰ ਦੇ ਇਜਾਜ਼ਤ ਸਤਿ ਸ਼੍ਰੀ ਅਕਾਲ ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ ਜੱਜ ਦਾ ਵਿਚਾਰ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਹਰਮਨ ਸਿੰਘ ਤੇ ਅੱਜ ਤੁਹਾਡੇ ਸਾਰਿਆਂ ਦੇ ਨਾਲ ਇੱਕ ਬਹੁਤ ਵੱਡੀ ਖੁਸ਼ਖਬਰੀ ਸਾਂਝੀ ਕਰਨ ਲਈ ਆਈਆਂ ਆਪਣੇ ਪਰਿਵਾਰ ਦੇ ਜੀ 10 ਲੱਖ ਹੋ ਗਏ ਨੇ ਯਾਨੀ ਕਿ ਪ੍ਰਾਈਮ ਏਸ਼ੀਆ ਟੀਵੀ ਦੇ ਸਬਸਕ੍ਰਾਈਬਰਸ 1 ਮਿਲੀਅਨ ਹੋ ਗਏ ਨੇ YouTube ਤੇ ਤੇ ਇਹਦੇ ਪਿੱਛੇ ਸਿਰਫ ਤੇ ਸਿਰਫ ਤੁਹਾਡਾ ਪਿਆਰ ਹੀ ਇੱਕ ਕਾਰਨ ਹੈ ਤੁਸੀਂ ਪ੍ਰਾਈਮ ਏਸ਼ੀਆ ਟੀਵੀ ਨੂੰ ਬਹੁਤ ਪਿਆਰ ਦਿੱਤਾ ਬਹੁਤ ਸਤਿਕਾਰ ਦਿੱਤਾ ਤੇ ਅਸੀਂ ਵੀ ਸਾਰਿਆਂ ਨੇ ਹਮੇਸ਼ਾ ਇਹ ਕੋਸ਼ਿਸ਼ ਕੀਤੀ ਹੈ ਕਿ ਹੱਕ ਦੇ ਨਾਲ ਸੱਚ ਦੇ ਨਾਲ ਖੜੀਏ ਤੇ ਤੁਸੀਂ ਵੀ ਸਾਨੂੰ ਕਦੇ ਡਿਗਣ ਨਹੀਂ ਦਿੱਤਾ ਕਦੇ ਡੋਲਣ ਨਹੀਂ ਦਿੱਤਾ ਇਹ ਸਫ਼ਰ ਹੋਰ ਬਹੁਤ ਲੰਮਾ ਹੋਏ ਆਪਣਾ ਪਿਆਰ ਹੋਰ ਬਹੁਤ ਡੂੰਘਾ ਹੋਏ ਇਸ ਚੀਜ਼ ਦੀ ਮੈਂ ਆਸ ਕਰਦੀਆਂ ਸੋ ਇਸੇ ਤਰ੍ਹਾਂ ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ